ਅਮਰ ਵੇਲ ਨੇ ਸੁੱਟੀ ਦੀ ਫਲ ਫੁੱਲ ਹਾਰੇ ਬੁੱਟੇ ਤੇ ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸulf ਅਤੇ ਸੁੱਟੇ ਤੇ ਨਸ਼ਾ ਡੀ ਐਡਿਕਸ਼ਨ ਡਰੱਗਸ ਕਿੰਨੇ ਹੀ ਨਾਮ ਨੇ ਇਸ ਨਾਮਰਾਦ ਆਦਤ ਦੀ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹ ਇਕੱਲਾ ਹੀ ਤਕਲੀਫਾਂ ਨਹੀਂ ਚਲਦਾ ਉਹਦੇ ਪਰਿਵਾਰ ਦੇ ਸਾਰੇ ਜੀ ਤਕਲੀਫਾਂ ਚੱਲਦੇ ਨੇ ਉਹਦੇ ਨਾਲ ਜਿੱਥੇ ਸਾਡੇ ਸਮਾਜ ਨੂੰ ਅਜਿਹੀਆਂ ਮਾੜੀਆਂ ਅਲਾਮਤਾਂ ਨੇ ਘੇਰ ਰੱਖਿਆ ਉੱਥੇ ਕੁਦਰਤ ਨੇ ਬਹੁਤ ਚੰਗੇ ਇਨਸਾਨ ਵੀ ਇਸ ਧਰਤੀ ਤੇ ਭੇਜੇ ਨੇ ਜਿਨ੍ਹਾਂ ਦਾ ਨਾਮ ਸੁਣਦੇ ਮਰੀਜ਼ ਹੌਸਲੇ ਚ ਆ ਜਾਂਦੇ ਨੇ ਕਿ ਹੁਣ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੋ ਐਸੀ ਹੀ ਇੱਕ ਖਾਸ ਸ਼ਖਸੀਅਤ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਗੋਹਿਲ ਜੀ ਉਹ ਇੱਥੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਨਸ਼ਿਆਂ ਦੇ ਉੱਤੇ ਇੱਕ ਖਾਸ ਗੱਲਬਾਤ ਕਰਾਂਗੇ ਸੁਭਾਸ਼ ਗੋਹਿਲ ਜੀ ਨਮਸਕਾਰ ਜੀ ਜੀ ਨਮਸਕਾਰ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਸੀਂ ਸਾਡੇ ਵੇਲੇ 'ਚ ਸਾਡੇ ਨਾਲ ਡਿਸਕਸ ਕਰ ਰਹੇ ਹੋ ਉਹ ਵੀ ਖਾਸ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਸਾਡੇ ਸਮਾਜ ਨੂੰ ਘੁਣ ਦੀ ਤਰ੍ਹਾਂ ਅੰਦਰੋਂ ਅੰਦਰ ਖਾ ਰਹੀ ਆ ਜੀ ਨਸ਼ਾ ਇਸ ਗੱਲ ਨੂੰ ਲੈ ਕੇ ਚਰਚਾ ਕਰਾਂਗੇ ਸਾਰੇ ਦਰਸ਼ਕ ਜਿੰਨੇ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜਿੱਦਾਂ ਹੁਣ ਸਾਡੇ ਪਹਿਲਾਂ ਪਿੰਡਾਂ ਦੇ ਵਿੱਚ ਆਮ ਨਸ਼ੇ ਹੁੰਦੇ ਸੀਗੇ ਜੀ ਫੀਮ ਹੋਗੀ ਡੋਡੇ ਹੋਗੇ ਭੁੱਕੀ ਹੋਗੀ ਪਰ ਹੁਣ ਅੱਜ ਕੱਲ੍ਹ ਸਿੰਥੈਟਿਕ ਨਸ਼ੇ ਚਿੱਟਾ ਪਤਾ ਨਹੀਂ ਕਿੰਨੇ ਨਸ਼ਿਆਂ ਦੇ ਨਾਮ ਵੀ ਨਹੀਂ ਆ ਰਹੇ ਕਿੰਨੇ ਤਰ੍ਹਾਂ ਦੇ ਨਸ਼ੇ ਲੋਕੀ ਕਰਨ ਲੱਗੇ ਟੀਕੇ ਲਾਉਂਦੇ ਨੇ ਨਸ਼ੇ ਦੇ ਬੱਚੇ ਯੰਗ ਯੰਗ ਬੱਚੇ ਇਹ ਐਡਿਕਸ਼ਨ ਜਿਹੜੀ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂ ਬੰਦਾ ਨਸ਼ੇ ਵੱਲ ਤੁਰਦਾ ਹੈ ਔਰ ਇਹਦਾ ਕੋਈ ਇਲਾਜ ਹੈ ਜਿਵੇਂ ਕੋਈ ਘਰ ਬੈਠਾ ਬੰਦਾ ਹੈ ਆਯੁਰਵੇਦ ਦੇ ਵਿੱਚ ਕੋਈ ਐਸੀ ਕੋਈ ਜਾਦੂ ਦੀ ਛੜੀ ਹੈਗੀ ਹੈ ਜਿਹੜੀ ਘਰ ਬੈਠੇ ਬੰਦੇ ਨੂੰ ਨਸ਼ਾ ਛਡਾ ਦੇਵੇ ਦੇਖੋ ਆਯੁਰਵੇਦ ਦੇ ਵਿੱਚ ਲੈ ਲਓ ਕਿਸੇ ਵੀ ਚੀਜ਼ ਦੇ ਵਿੱਚ ਲੈ ਲਓ ਜੀ ਜਦੋਂ ਗੱਡੀ ਪੈਂਚਰ ਹੋਣੀ ਹੈ ਜੀ ਜੀ ਉਹ ਹਵਾ ਦੇ ਵਿੱਚ ਟਾਇਰ ਨਹੀਂ ਬਦਲਿਆ ਜਾ ਸਕਦਾ ਉਹਦੇ ਥੱਲੇ ਇੱਕ ਜੈਕ ਲੱਗਣਾ ਹੀ ਲੱਗਣਾ ਹੈ ਹਾਂਜੀ ਜਦੋਂ ਕੋਈ ਇਨਸਾਨ ਨਸ਼ਾ ਕਰਦਾ ਪਹਿਲੀ ਗੱਲ ਤਾਂ ਕੋਈ ਮਾਂ ਦੇ ਪੇਟ ਚੋਂ ਨਸ਼ੇੜੀ ਪੈਦਾ ਨਹੀਂ ਹੁੰਦਾ ਜੀ ਜੀ ਬਿਲਕੁਲ ਆਪਣਾ ਸਮਾਜ ਹੀ ਉਹਨੂੰ ਪਹਿਲਾ ਨਸ਼ੇੜੀ ਬਣਾਉਂਦਾ ਜੀ ਫਿਰ ਉਹਤੇ ਲਾਣਤਾ ਪਾਉਂਦਾ ਮਤਲਬ ਇਹ ਇੱਕ ਸਾਡੀ ਇੱਕ ਸਮਾਜ ਦੀ ਬਹੁਤ ਬੜੀ ਕ੍ਰੀਤੀਆ ਜੀ ਜੀ ਅੱਛਾ ਜੇ ਜਿਵੇਂ ਮੰਨ ਲਓ ਨਸ਼ਾ ਕਿਵੇਂ ਹੁੰਦਾ ਸਟਾਰਟ ਜੀ ਜਿੰਨਾਕ ਮੈਨੂੰ ਪਤਾ ਕਿਉਂਕਿ ਮੈਂ ਜਿੰਨੇ ਕਿ ਚਰਚਾ ਕਰਦਾ ਮੈਨੂੰ ਆ ਕੇ ਮੈਂ ਹਰੇਕ ਨੂੰ ਪਹਿਲਾਂ ਗੱਲ ਇਹ ਪੁੱਛਦਾ ਵੀ ਮੇਰੇ ਕੋਲ ਤੂੰ ਪਹੁੰਚਦਾ ਗਿਆ ਹੈ ਜੀ ਨਸ਼ਾ ਛੱਡਣ ਲਈ ਕੀ ਅੰਦਰੋਂ ਪੱਕਾ ਹੈ ਹਾਂਜੀ ਅਸੀਂ ਖੜਕਾ ਕੇ ਦੇਖਦੇ ਹਾਂ ਉਹਨੂੰ ਵੀ ਕਿ ਅੰਦਰੋਂ ਪੱਕਾ ਹੈ ਹਾਂਜੀ ਫਿਰ ਅਸੀਂ ਉਹਨੂੰ ਦਵਾਈ 4 ਦਿਨ ਦੀ ਦੇ ਕੇ ਭੇਜਦੇ ਹਾਂ ਵੀ ਜੇ ਤਾਂ ਪੱਕਾ ਹੋਇਆ ਮੁੜ ਕੇ ਆਜੂ ਜੀ 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 ਜੇ ਨਾ ਪੱਕਾ ਹੋਇਆ ਤਾਂ ਨਹੀਂ ਆਊਗਾ ਅਸੀਂ ਮਾਂ-ਬਾਪ ਦੇ ਪੈਸੇ ਕਿਉਂ ਖਰਾਬ ਕਰਾਈਏ ਜੀ ਹਾਂਜੀ ਹਾਂਜੀ ਤਾਂ ਇੱਕ ਇਹ ਹੈਗਾ ਕਿ ਜਦੋਂ ਕੋਈ ਕਿਸੇ ਨਸ਼ੇ ਤੇ ਲੱਗਦਾ ਉਹਦੇ ਕਈ ਕਾਰਨ ਨੇ ਜਿਵੇਂ ਮੈਂ ਤੁਹਾਨੂੰ ਇੱਕ ਡਾਇਬਟੀਜ਼ ਦਾ ਸ਼ੋਅ ਕੀਤਾ ਸੀ ਆਪਾਂ ਸ਼ੂਗਰ ਰੋਗ ਤੇ ਦੱਸਿਆ ਸੀ ਵੀ ਲੋਕੀ ਇੱਕ ਦੂਜੇ ਨੂੰ ਕਲੀਕ ਤੋਂ ਕਲੀਕ ਲਾ ਦਿੰਦੇ ਨੇ ਵੀ ਤੇਰੀ ਸ਼ੂਗਰ ਠੀਕ ਹੋ ਜੂ ਅੱਛਾ ਕਈ ਮਾਤਾ ਭੈਣਾਂ ਨੇ ਪਿੰਡਾਂ ਦੇ ਵਿੱਚ ਸ਼ਾਮ ਨੂੰ ਥੱਕ ਤੁੱਕ ਜਾਂਦੀਆਂ ਨੇ ਕੰਮ-ਕੁੰਮਲੀਆਂ ਇਹ ਨਹੀਂ ਕਰਾਂ ਚਾਹੁੰਦੀਆਂ ਨੇ ਉਹ ਕਹਿੰਦੀ ਬੀਬੀ ਜੀ ਉਸ ਘਰ ਮੈਂ ਕੰਮ ਕਰਦੀ ਹੂੰ ਉਹ ਘਰ ਮੇਂ ਜੋ ਮਾਤਾ ਜੀ ਹੈ ਉਹ ਇਤਨੀ ਜੀ ਖਾ ਲੈਂਦੇ ਹੈ ਉਹ ਠੀਕ ਰਹਤੇ ਹੈ ਤੋ ਉਹ ਉਸਦੀ ਬਾਤ ਸੁਣ ਕੇ ਉਹ ਮਾਤਾ ਵੀ ਕਹਿੰਦੀ ਆ ਤੂੰ ਮੈਨੂੰ ਵੀ ਲਿਆ ਦੀ ਤੇ ਉਹ ਲਿਆ ਕੇ ਉਹ ਉਹ ਕੰਮ ਵਾਲੀ ਜਿਹੜੀ ਆ ਪੋਚਾ ਲਾਉਣ ਦੱਸਦਾ ਉਹ 200 ਲੈਂਦੀ ਆ ਤੇ ਫਿਰ ਉਹ ਜ਼ਬਾਨ ਸ਼ੁਰੂ ਕਰ ਲੈਂਦੀ ਆ ਤੇ ਉਹ ਜਿਹੜੀਆਂ ਮਾਤਾ ਭੈਣਾਂ ਵੀ ਲੱਗ ਜਾਂਦੀਆਂ ਨੇ ਹਾਂਜੀ ਹਾਂਜੀ ਤਾਂ ਕਈਆਂ ਨੂੰ ਐ ਹੁੰਦਾ ਵੀ ਚੱਲ ਕੀ ਫਰਕ ਪੈਂਦਾ ਥੋੜਾ ਜਿਹਾ ਜਦੋਂ ਉਹ ਆਦਮੀ ਇੰਨਾ ਕੁਸ਼ ਕਰਦੇ ਨੇ ਇਹ ਵੇਚਣ ਦਾ ਇੱਕ ਤਰੀਕਾ ਉਹਨਾਂ ਦਾ ਹੈ ਨਾ ਕੋਈ ਸਿਸਟਮ ਬਣ ਗਿਆ ਸਿਸਟਮ ਬਣਾ ਰਹੇ ਨੇ ਅੱਛਾ ਉਹਨੂੰ ਜਦੋਂ ਹੁਣ ਮਾਤਾ ਭੈਣਾਂ ਨੇ ਉਹ ਵਿਚਾਰੀਆਂ ਤੰਗ ਹੁੰਦੀਆਂ ਨੇ ਅੱਛਾ ਆਦਮੀ ਉਹ ਦੇਖਦਾ ਵੀ ਇਹ ਰੋਜ਼ ਮਰੀ ਰਹਿੰਦੀ ਸੀ ਐਂ ਕਰਦੀ ਸੀ ਵੀ ਚੱਲ ਜੇ ਮੜੀ ਜੀ ਖਾ ਕੇ ਟੱਲੀ ਵਰਗੀ ਤੋਰੀ ਫਿਰਦੀ ਹੈ ਵਧੀਆ ਉਹ ਕਹਿੰਦਾ ਮੇਰੀ ਟੈਨਸ਼ਨ ਘਟ ਗਈ ਫਿਰ ਉਹ ਟੈਨਸ਼ਨ ਉਦੋਂ ਵੱਧ ਜਾਂਦੀ ਹੈ ਜਦੋਂ ਮੱਖੀ ਵਾਂਗੂ ਫੰਗ ਲੱਬੜ ਜਾਂਦੇ ਨੇ ਫਿਰ ਮੌਤ ਹੀ ਖਹਿਣਾ ਛਡਾਉਂਦੀ ਹੈ ਨਾ ਚੀਜ਼ਾਂ ਤੋਂ ਫਿਰ ਉਹ ਉਹੀ ਗੱਲ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਨਸ਼ਾ ਜਦੋਂ ਲੱਗ ਜਾਂਦਾ ਜੀ ਫਿਰ ਬੰਦਾ ਫੜਫੜਾਉਂਦਾ 24 ਘੰਟੇ ਵੀ ਉਹਨੂੰ ਛੱਡਾਂ ਕਿਵੇਂ ਹਾਂਜੀ ਹਾਂਜੀ ਕਿਉਂਕਿ ਇੱਕ ਤਾਂ ਹੁਣ ਹੁਣ ਜਿਵੇਂ ਚਿੱਟੇ ਦਾ ਨਸ਼ਾ ਕਰਦੇ ਨੇ ਮੁੰਡੇ ਜਾਂ ਜੈਂਟਸ ਵੀ ਕਰਦੇ ਨੇ ਜੀ ਵੱਧ ਉਮਰ ਵਾਲੇ ਵੀ ਲਾਉਂਦੇ ਨੇ ਹੈਨਾ ਤਾਂ ਉਹ ਕੀ ਹੈ ਕਿ ਉਹ ਫਿਰ ਬੈਡ ਕੀ ਹੁੰਦਾ 4 4 5 5000 ਦਾ ਚਿੱਟਾ ਰੋਜ਼ ਦਾ ਹੁਣ ਮੈਡਮ ਜੀ ਤੁਸੀਂ ਯਕੀਨ ਕਰੋ ਮੈਂ ਜਦੋਂ ਉਹਨੂੰ ਪੁੱਛਦਾ ਵੀ 1.5 ਲੱਖ ਰੁਪਏ ਦਾ ਤੂੰ ਮਹੀਨੇ ਦਾ ਕਾਕਾ अच्छा ये पर, जी ये नाम डेढ़ लाख ਦੇ ਵਿੱਚੋਂ ਲੱਖ ਰੁਪਿਆ ਤੂੰ ਜ਼ਮੀਨ ਲੈ ਲੈ ਕੋਈ ਉਹਦੀ ਕਿਸ਼ਤ ਭਰੀ ਜਾ 50000 ਰੁਪਿਆ ਥਾਰ ਗੱਡੀ ਦੀ ਕਿਸ਼ਤ ਪਰ ਟੌਰ ਨਾਲ ਫਿਰ ਚਿੱਟਾ ਕੁੜਤਾ ਪਜਾਮਾ ਪਾ ਕੇ ਕੀ ਕਰਨ ਲੱਗਿਆ ਜ਼ਹਿਰ ਖਾ ਰਿਆ ਹੈ ਜ਼ਹਿਰ ਵੀ ਖਾ ਰਿਆ ਨਾਲ ਨਾਲ ਟੱਬਰ ਨੂੰ ਖਾ ਰਿਆ ਬਿਲਕੁਲ ਹਾਂਜੀ ਹਾਂਜੀ ਅਬ ਟੱਬਰ ਨੂੰ ਖਾ ਰਿਆ ਜਾਣੇ ਅਣਜਾਣੇ ਨੂੰ ਪਤਾ ਹੀ ਨਹੀਂ ਟੱਬਰ ਖਤਮ ਹੋ ਰਿਹਾ ਜੀ ਮਾਪੇ 24 ਘੰਟੇ ਚੁਰਦੇ ਨੇ ਅੰਦਰ ਬੜਬੜ ਕੇ ਉਦੋਂ ਬਾਅਦ ਜਿਹੜਾ ਜਦੋਂ ਸ਼ਾਮ ਨੂੰ ਬਹਿ ਜਾਂਦਾ ਮਾਪੇ ਕੋਲੇ ਵੀ ਨਹੀਂ ਮਰੂੰਗਾ ਮੈਨੂੰ ਜ਼ਹਿਰ ਦੇ ਦਿਓ ਜਾਂ ਪੈਸੇ ਦਿਓ ਮਾਪੇ ਕੀ ਤਰ੍ਹਾਂ ਕੀ ਤੋ ਕਰਕੇ ਦਿੰਦੇ ਨੇ ਹਾਂਜੀ ਹਾਂਜੀ ਤਾਂ ਉਸ ਟਾਈਮ ਜਿਹੜੀ ਚੀਜ਼ ਆ ਉਹ ਨਸ਼ਾ ਛੱਡਣਾ ਚਾਹੁੰਦਾ ਫਿਰ ਉਹ ਜਿੱਥੇ ਵੀ ਜਾਂਦਾ ਉਹਦੇ ਵਾਸਤੇ ਉਹ ਸਮਾਜ ਫੇਰ ਮਗਰਮੱਛ ਵਾਂਗੂ ਮੂੰਹ ੱਡੀ ਬੈਠਾ ਹਾਂਜੀ ਉਹ ਨੂੰ ਕਿ ਆਪਣੀਆਂ ਕੁੜੀਆਂ ਤੇ ਲਾ ਲਿੰਦਾ ਕੋਈ ਆਪਣੀਆਂ ਗੋਲੀਆਂ ਤੇ ਲਾ ਲਿੰਦਾ ਕੋਈ ਮੂੰਹ ਥੱਲੇ ਜੀਬ ਥੱਲੇ ਗੋਲੀ ਰੱਖਣ ਨੂੰ ਕਰਾਈ ਜਾਂਦਾ ਚਾਰ ਬੈਠੇ ਨੇ ਸਾਰੇ ਮਤਲਬ ਹਰ ਬੰਦਾ ਐ ਸੋਚਦਾ ਅੱਛਾ ਨਸ਼ਾ ਕਰਦਾ ਕੋਈ ਨਹੀਂ ਛਡਾ ਦਾਂਗੇ ਗੱਲ ਹੀ ਕੋਈ ਨਹੀਂ ਫਲਾਣਾ ਉਹ ਵਿਚਾਰੇ ਨੂੰ ਪਤਾ ਉਹਨੂੰ ਵੀ ਹੁੰਦਾ ਵੀ ਹੁਣ ਜਿਹੜਾ ਕੁਝ ਹੋਣਾ ਦੇਖੀ ਜਾਊ ਮਾਪੇ ਮਗਰ ਪਏ ਉਹਨੂੰ ਸਹੀ ਚੀਜ਼ ਨਹੀਂ ਮਿਲਦੀ ਹਾਂਜੀ ਹਾਂਜੀ ਉਨ ਮੈਂ ਤੁਹਾਨੂੰ ਦੱਸਦਾ ਮੈਡਮ ਜਦੋਂ ਇਨਸਾਨ ਪਹਿਲੀ ਵਾਰੀ ਨਸ਼ਾ ਕਰਦਾ ਜੀ ਐਨਾ ਕ ਕਰਦਾ ਨਾ ਕਣਕ ਦੇ ਦਾਣੇ ਜਿੰਨੀ ਫੀਮ ਖਾਂਦਾ ਤੇ ਡਰਿਆ ਜਾਂ ਫਰੀ ਜਾਂਦਾ ਪਤਾ ਨਹੀਂ ਕੀ ਹੋਊ ਹਾਂਜੀ ਹਾਂਜੀ ਪਤਾ ਨਹੀਂ ਕਿਵੇਂ ਹੋਊ ਹੈਨਾ ਉਹ ਜਦੋਂ ਦੇਖਦਾ ਵੀ ਹੋਇਆ ਕੁਝ ਨਹੀਂ ਬਲਕਿ ਵਧੀਆ ਲੱਗਾ ਹਾਂਜੀ ਫਿਰ ਉਹ ਦੂਜੇ ਦਿਨ ਵੀ ਕਰਦਾ ਜੀ ਜੀ ਤੀਜੇ ਦਿਨ ਜਦੋਂ ਕਰਦਾ ਕਣਕ ਦੇ ਦਾਣੇ ਜਿੰਨੀ ਇੱਕ ਖਾ ਕੇ ਉਹ ਲੱਗਦਾ ਵੀ ਉਹ ਦਿਨ ਵਰਗਾ ਨਹੀਂ ਬਣਿਆ ਕੰਮ ਹਾਂਜੀ ਉਹ ਫਿਰ ਓਨੀਆਂ ਹੋਰ ਖਾਂਦਾ ਹਾਂਜੀ ਉਹ ਫਿਰ ਵੱਧਦੀ 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 ਫਿਰ ਇੱਕ ਦਿਨ ਆਏ ਕਹਿਣ ਲੱਗ ਜਾਂਦਾ ਵੀ ਹੁਣ ਆਪਾਂ ਸਿਰੇ ਦੇ ਆਮਲੀ ਹੋ ਗਏ ਕੌਣ ਦੇ ਸਰਜਨ ਨਹੀਂ ਖਾ ਜੰਨੇ ਫਿਰ ਵੀ ਫਾਇਦਾ ਨਹੀਂ ਕਰਦੇ ਹਾਂਜੀ 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 ਉਹ ਕੀ ਆ ਕਿ ਨਸ਼ਾ ਕਰਨ ਵਾਲਾ ਇਨਸਾਨ ਜਿਹੜਾ ਹੈਗਾ ਉਹ ਨਸ਼ਾ ਛੱਡਣਾ ਚਾਹੁੰਦਾ ਔਰ ਦੂਸਰੀ ਚੀਜ਼ ਸਭ ਤੋਂ ਵੱਡੀ ਕੀ ਆ ਕਿ ਉਹਨੂੰ ਜਿੱਥੇ ਵੀ ਉਹ ਨਸ਼ਾ ਚੱਲਣ ਜਾਂਦਾ ਉਹਨੂੰ ਆਪਦੇ ਜਿਵੇਂ ਤੁਸੀਂ ਗੱਲ ਕਈ ਪਹਿਲਾਂ ਵੀ ਕਿਸੇ ਦਾ ਧੀ ਪੁੱਤ ਕਦੇ ਵੀ ਸਲਫੇ ਸੂਟੇ ਤੇ ਨਾ ਲਾਈਏ ਹੈਨਾ ਤੇ ਉੱਥੇ ਜਾ ਕੇ ਉਹ ਸਲਫੇ ਸੂਟੇ ਵਾਲੀ ਉਹ ਗੱਲ ਆ ਵੀ ਉਹ ਇੱਕ ਤੋਂ ਹਟਾਇਆ ਨਸ਼ੇ ਤੋਂ ਕਿਤੇ ਕੁੜੀਆਂ ਪੜੀਆਂ ਚ ਕੁਛ ਦੇਤਾ ਤਾਂ ਉਹਨੂੰ ਥੋੜੇ ਜੇ ਦੇਣਾ ਲੱਗਦਾ ਵੀ ਚਲ ਇਹ ਰਾਹ ਸੌਖਾ ਹੈ ਨਸ਼ਾ ਖਰੀਦਣ ਜਾਂਦੇ ਸੀ ਮਹਿੰਗਾ ਵੀ ਤੀ ਮਿਲਦਾ ਵੀ ਨਹੀਂ ਤੀ ਅਸਲੀ ਨਹੀਂ ਮਿਲਦਾ ਨਕਲੀ ਮਿਲਦਾ ਸੀ ਫਿਰ ਉਹ ਗਾਲਾਂ ਕਢਦੇ ਤੇ ਬੁਰੀ ਹਾਲਤ ਬੇਇੱਜ਼ਤੀਆਂ ਹੁੰਦੀਆਂ ਸੀ ਫਿਰ ਉਹਦੇ ਨਾਲ ਚੰਗਾ ਵੀ ਚਲ ਬੈਦ ਬੈਠਾ ਇੱਕ ਇਹ ਤੋਂ ਪੁੜੀਆਂ ਲੈ ਜਾ ਕਰੋ ਫੜ ਕੇ ਰੋਜ਼ 500 ਦੀਆਂ 700 ਦੀਆਂ ਉਹ ਕਰੀ ਜਾਂਦੇ ਨੇ 6 ਕਿ ਮਹੀਨੇ ਬਾਅਦ ਜਦ ਦੇਖਦਾ ਵੀ ਤਾਂ ਯਾਰ ਬਹੁਤ ਮਾੜਾ ਕੰਮ ਹੋ ਗਿਆ ਉਧਰ ਵੀ ਚੰਗਾ ਦੀ ਹੁੰਦਾ ਸਿਹਤ ਵੀ ਖਰਾਬ ਹੋਣ ਲੱਗ ਗਈ ਸਾਈਡ ਇਫੈਕਟ ਹੋਣ ਲੱਗੇ ਮਤਲਬ ਐ ਫਸਦੇ ਜੀ ਆਦ ਵਿੱਚ ਜੀ 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 ਔਰ ਅਸੀਂ ਜਦੋਂ ਇਸ ਚੀਜ਼ ਤੇ ਗੌਰ ਕੀਤੀ ਨਾ ਮੈਡਮ ਅਸੀਂ ਇਸ ਚੀਜ਼ ਤੇ ਗੌਰ ਕਰ ਗਏ ਸੀਗੇ ਨਵੰਬਰ 2005 ਦੇ ਵਿੱਚ ਜੀ ਜੀ 2005 ਦੇ ਵਿੱਚ ਫਿਰ ਅਸੀਂ ਇਹਦੇ ਲਈ ਇੱਕ ਮੈਡੀਸਨ ਆਗਾਜ਼ ਕੀਤੀ ਸਾਡੇ ਜਿਹੜੇ ਵੈਦ ਆ ਉਹ ਬੜੇ ਸੀਨੀਅਰ ਨੇ ਔਰ ਬੜੇ ਸੁਲਝੇ ਹੋਏ ਨੇ ਉਹ ਕਹਿੰਦੇ ਵੀ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਦੇਣੀ ਪੇਸ਼ੈਂਟ ਨੂੰ ਜਿਹੜੀ ਉਹਨੂੰ ਐਂ ਦਾ ਪਤਾ ਹੋਵੇ ਮੈਂ ਮੂੰਹ 'ਚ ਕੀ ਪਾ ਲਿਆ ਤੇ ਮੈਂ ਕੀ ਖਾ ਲਿਆ ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਖਾਦਾ ਹੈ ਜੀ ਜੀ ਮੈਂ ਜੇ ਸ਼ਿਲਾਜੀਤ ਖਾਦੀਆ ਤਾਂ ਸ਼ਿਲਾਜੀਤ ਖਾਦੀਆ ਜੀ ਮੈਂ ਜੇ ਕੇਸਰ ਖਾਦਾ ਤਾਂ ਕੇਸਰ ਖਾਦਾ ਹਾਂਜੀ ਤਾਂ ਹੋਇਆ ਕੀ ਬੜਾ ਉਹਨਾਂ ਨੂੰ ਸਾਡੇ ਵੈਦ ਜੀ ਨੇ ਦਵਾਈ ਤਿਆਰ ਕੀਤੀ ਉਹਦੇ ਵਿੱਚ ਮੈਡੀਸਿਨ ਪਾਈ ਅਸੀਂ ਮਹਾਵਾਤ ਵਿਧਵਾਂਸਨ ਰਸ ਫਾਰਮੂਲਾ ਬੋਲ ਰਹੇ ਹਾਂ ਮੈਂ ਸਾਡੇ ਜਿੰਨੇ ਵੈਦ ਭਰਾ ਨੇ ਨੋਟ ਕਰ ਲਿਓ ਇਹ ਫਾਰਮੂਲੇ ਐਵੇਂ ਨਹੀਂ ਮਿਲਦੇ ਇਹ ਬਹੁਤ ਔਖੇ ਫਾਰਮੂਲੇ ਮਿਲੇ ਹੋਏ ਨੇ ਜਿਹੜੇ ਮੈਂ ਬਹੁਤ ਸੌਖੇ ਤੁਹਾਨੂੰ ਦੱਸ ਰਿਹਾ ਸਿਰਫ ਇਸ ਲਈ ਦੱਸ ਰਿਹਾ ਕਿ ਤੁਹਾਡਾ ਵਿਸ਼ਵਾਸ ਤੁਹਾਡੇ ਆਪਣੇ ਉੱਤੇ ਬਣੇ ਵੀ ਕੋਈ ਚੀਜ਼ ਹੈਗੀ ਦੁਨੀਆ 'ਚ ਜਿਹਦੇ ਨਾਲ ਅਸੀਂ ਨਸ਼ਾ ਛੱਡ ਸਕਦੇ ਹਾਂ ਉਹ ਚੀਜ਼ ਹੈ ਮਹਾਵਾਤ ਵਿਧਵਾਂਸਨ ਰਸ ਇਦੇ ਵਿੱਚ ਪਾਇਆ ਗਿਆ ਇਹ ਪ੍ਰੋਡਕਟ ਦਾ ਸੀ ਨੌਰ ਰਜਿਸਟਰਡ ਕਰਾਇਆ ਗਵਰਨਮੈਂਟ ਤੋਂ ਇਹ ਐਂਓ ਦਿੱਤਾ ਜਾਂਦਾ ਜੀ ਇਹਦੇ ਉੱਤੇ ਫਾਰਮੂਲਾ ਮੈਂਸ਼ਨ ਹੈ ਮਹਾਬਾਤ ਵਿਦਵਾਨ ਸੰ ਰਸ ਤੁਸੀਂ ਗੂਗਲ ਸਰਚ ਕਰੋਗੇ ਮੇਰੀ ਗੱਲ ਨੂੰ ਤੁਹਾਨੂੰ ਪਤਾ ਲੱਗੂ ਗੁਲ ਸਾਹਿਬ ਕੀ ਕਹਿਣਾ ਚਾਹੁੰਦੇ ਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਅ ਅਕੰਗਵੀਰ ਰਸ ਫਿਰ ਇਹਦੇ ਵਿੱਚ ਹੈਗਾ ਸਮੀਰ ਪੰਡੰਗ ਰਸ ਇਹ ਤਿੰਨ ਜਿਹੜੇ ਰਸ ਨੇ ਇਹ ਰਸਾਇਣ ਨੇ ਆਯੁਰਵੇਦ ਦੇ ਗ੍ਰੰਥਾਂ 'ਚ ਲਿਖੇ ਹੋਏ ਨੇ ਮੈਂ ਕੋਈ ਬਾਹਰੋਂ ਨਹੀਂ ਲੈ ਕੇ ਆਇਆ ਇਹ ਨੁਸਖੇ ਜਦੋਂ ਘਰੇ ਬਣਾਉਂਗੇ ਤੁਸੀਂ ਪਤਾ ਲੱਗੂਗਾ ਵੀ ਅਸੀਂ ਕੀ ਖਾ ਰਹੇ ਆਂ ਸਾਨੂੰ ਕੀ ਚੀਜ਼ ਆ ਔਰ 5 5 ਗ੍ਰਾਮ ਸਿਰਫ ਜਿਹੜਾ ਬੰਦਾ ਕਹਿੰਦਾ ਨਾ ਮੈਂ 2 ਗ੍ਰਾਮ ਚਿੱਟਾ ਲੈਣਾ ਰੋਜ਼ 2 ਗ੍ਰਾਮ ਦੀ ਕੀਮਤ 7-8000 ਰੁਪਏ ਇੱਕ ਦਿਨ ਦੀ ਕਹਿਣਾ ਸੌਖਾ ਜੀ 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 ਜਾਨ ਨਿਕਲ ਜਾਂਦੀ ਮਾਂ-ਬਾਪ ਦੀ ਤੇ ਸਾਡਾ ਤਾਂ ਉਹੀ ਦਿਮਾਗ ਡੋਲ ਜਾਂਦਾ ਵੀ ਇੰਨਾ ਖਰਚਾ ਬੰਦਾ ਕਰਦਾ ਕਿਵੇਂ ਆ ਰੱਬ ਜਾਣੇ ਤੇ ਇਹ ਜਿਹੜੀ ਦਵਾਈ ਆ ਸਿਰਫ 5 ਗ੍ਰਾਮ ਸਵੇਰੇ 5 ਗ੍ਰਾਮ ਦੁਪਹਿਰੇ 5 ਗ੍ਰਾਮ ਸ਼ਾਮ ਨੂੰ ਇੱਕ ਚਮਚਾ ਹੁੰਦਾ ਜੀ ਅਸੀਂ ਉਹਨਾਂ ਨੂੰ ਇਹ ਵੀ ਖਾਣੀ ਔਖੀ ਸੀ ਅਸੀਂ ਇਹਨੂੰ ਕੈਪਸੂਲ ਚ ਕਨਵਰਟ ਕਰਤਾ ਵੀ 5 1 ਗ੍ਰਾਮ ਦਾ ਇੱਕ ਕੈਪਸੂਲ ਬਣਾਇਆ 5 ਸਵੇਰੇ ਲੈ ਲਓ 5 ਦੁਪਹਿਰੇ 5 ਰਾਤ ਨੂੰ ਫਿਰ ਘਟਾਉਣਾ ਸੌਖਾ ਹਰ ਚੌਥੇ ਦਿਨ ਇੱਕ ਇੱਕ ਘਟਾਈ ਦਾ ਜਿਵੇਂ ਥੋੜੀ 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 ਕਰਦਾ ਵਧਿਆ ਸੀ ਉਵੇਂ ਅਸੀਂ ਵਧਾ ਕੇ ਦਵਾਈ ਡੋਜ਼ ਸੈੱਟ ਕਰਕੇ ਥੋੜੀ ਥੋੜੀ ਕਰਕੇ ਲਾਸਟ ਇੱਕ ਕੈਪਸੂਲ ਤੇ ਆ ਜਾਂਦਾ 2 ਮਹੀਨੇ ਚ ਬੰਦਾ ਅੱਛਾ ਜੀ ਇਹ ਇੱਕ ਪਹਿਲੀ ਅਸੀਂ ਦਵਾਈ ਹੈ ਜੀ ਜਿਹੜੀ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਕੰਮ ਛੱਡੇ ਕਰ ਬੈਠੇ ਬਿਠਾਏ ਇਨਸਾਨ ਆਪਣੇ ਨਸ਼ੇ ਦੀ ਆਦਤ ਤੋਂ ਮੁਕਤੀ ਪਾ ਸਕਦਾ ਔਰ ਲੇਕਿਨ ਉਹਦੇ ਵਾਸਤੇ ਮਨ ਪੱਕਾ ਬਣਾਉਣਾ ਪਊਗਾ ਜੇ ਤੁਸੀਂ ਕਈ ਵਾਰ ਕਹਿ ਦਿੰਦੇ ਲੋਕੀ ਵੀ ਗੁਲਸੱਭ ਜੇ ਮਾਨੇ ਬਣ ਗਿਆ ਫਿਰ ਤੁਹਾਡੀ ਕੀ ਲੋੜ ਹੈ ਐਸੀ ਕੋਈ ਗੱਲ ਨਹੀਂ ਹੈ ਲੋਕਾਂ ਦਾ ਮਨ ਬਹੁਤ ਚੀਜ਼ਾਂ ਨੂੰ ਬਣ ਜਾਂਦਾ ਪਰ ਉਹਨਾਂ ਦੇ ਸੋਰਸ ਬਣਾਉਣੇ ਪੈਂਦੇ ਨੇ ਜਿੱਥੇ ਮੈਡੀਕਲ ਚੀਜ਼ ਦੀ ਲੋੜ ਹੈ ਜਿਹੜਾ ਤੁਸੀਂ ਨਸ਼ੇ ਕਰ ਕਰਕੇ ਅੰਦਰ ਸੈਰੋਟੋਨਿਨ ਹਾਰਮੋਨ ਡੈਮੇਜ ਕੀਤਾ ਹੋਇਆ ਉਦੀ ਪਰਪਾਈ ਤਾਂ ਕਰਨੀ ਪਊਗੀ ਨਾ ਜਦੋਂ ਤੱਕ ਉਹ ਹਾਰਮੋਨ ਤੁਹਾਡਾ ਐਕਟਿਵ ਨਹੀਂ ਹੋ ਜਾਂਦਾ ਤੁਹਾਨੂੰ ਨਸ਼ੇ ਤੋਂ ਨਫ਼ਰਤ ਨਹੀਂ ਹੋ ਸਕਦੀ ਅਸੀਂ ਤੁਹਾਨੂੰ ਗੱਲ ਕਰਦੇ ਆ ਨਸ਼ੇ ਤੋਂ ਨਫ਼ਰਤ ਹੋਣ ਦੀ ਕਿ ਦੁਬਾਰਾ ਨਸ਼ੇ ਵੱਲ ਮੂੰਹ ਨਹੀਂ ਜਾਊਗਾ ਤਾਂ ਉਹੀ ਇੱਕ ਕੰਮ ਹੈ ਕਿ ਸਿਰਫ 2 ਮਹੀਨੇ ਦੇ ਵਿੱਚ ਵਿੱਚ ਅੱਜ ਤੱਕ ਮੈਂ ਤੁਹਾਨੂੰ ਜੇ ਦੱਸਾਂ ਤਾਂ ਆਪਣੇ ਕੰਪਿਊਟਰ ਦੇ ਵਿੱਚ ਫੀਡ ਸੇਵ ਇਸ ਤਰ੍ਹਾਂ ਦੇ 3.5 ਲੱਖ ਤੋਂ ਉੱਪਰ ਲੋਕ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਨੇ ਅਫੀਮ ਸਮੈਕ ਹੈਰਨ ਕੋਕਨ ਗਾਂਜਾ ਉਪਕੀ ਔਰ ਜਿਹੜੀ ਉਹ ਕੀ ਨਾਲ ਚਿੱਟਾ ਵਗੈਰਾ ਮੈਡੀਕਲ ਗੋਲੀਆਂ ਇਹ ਸਾਰੇ ਨਸ਼ੇ ਜਿਨ੍ਹਾਂ ਨੇ ਛੱਡੇ ਨੇ ਇਸ ਤਰ੍ਹਾਂ ਦੇ 3.5 ਲੱਖ ਲੋਕ ਕਹਿ ਦੇਣਾ ਸੌਖਾ ਬੋ ਜੀ ਨਵੰਬਰ 2005 ਤੋਂ ਅੱਜ ਤੱਕ ਔਰ ਹੁਣ ਉਹੀ ਲੋਕ ਆਪਦੇ ਆਪ ਚ ਵਲੰਟੀਅਰ ਨੇ ਮੈਡਮ ਜਿਹਦੇ ਵਿੱਚੋਂ 3000 3.5000 ਮੁੰਡੇ ਜਿਸ ਟਾਈਮ ਪੰਜਾਬ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪ ਸਾਨੂੰ ਮੈਨੂੰ ਕਿਹਾ ਕਹਿੰਦੇ ਗੁਇਲ ਸਾਹਿਬ ਨਾਰਾ ਲਾਓ ਆਪਾਂ ਹੁਣ ਵੀ ਮੋਢ ਸੋਨੇ ਦਾ ਸ਼ੇਰ ਬਣੂਗਾ ਪੰਜਾਬ ਔਰ ਨਸ਼ਾ ਮੁਕਤ ਬਣੂਗਾ ਪੰਜਾਬ ਮੈਂ ਮੈਨੂੰ ਇਹ ਗੱਲ ਕਰਦੇ ਹੀ ਬੜਾ ਸੀਨਾ ਚੌੜਾ ਹੋ ਜਾਂਦਾ ਵੀ ਅਸੀਂ ਹੋਰ ਕੁਝ ਕਰ ਪਾਏ ਨਾ ਕਰ ਪਾਏ ਪਤਾ ਨਹੀਂ ਰੱਬ ਜਾਣੇ ਕੋਈ ਨਸ਼ਾ ਕਦੋਂ ਕਿਵੇਂ ਮੂਡ ਬਣਾਊਗਾ ਪਰ ਅਸੀਂ ਇੱਕ ਨਾਰਾ ਆਪਣੇ ਸ਼ੇਰੇ ਪੰਜਾਬ ਜਿਹੜੇ ਸਾਡੇ ਮਹਾਰਾਣਾ ਰਣਜੀਤ ਸਿੰਘ ਹੋਏ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਅਸੀਂ ਇੱਕ ਨਾਰਾ ਬਣਾਉਣ 'ਚ ਕਾਮਯਾਬ ਹੋਏ ਇਹ ਨਾਰੇ ਐਵੇਂ ਨਹੀਂ ਬਣਦੇ ਹੁੰਦੇ ਠੱਗੀਆਂ ਮਾਰ ਕੇ ਇਹ ਨਾਰਾ ਉਦੋਂ ਹੀ ਬਣਦਾ ਹੁੰਦਾ ਜਦੋਂ ਕੋਈ ਕਹਿੰਦਾ ਆ ਕੇ ਵੀ ਗੁਲਸਰ ਸਾਹਿਬ ਤੁਹਾਡੀ ਦਵਾਈ ਵਾਕਈ ਬਰਦਾਨ ਹੈ ਸਾਡੇ ਬੱਚੇ ਨੇ ਛੱਡਿਆ ਔਰ ਤੁਸੀਂ ਹੁਣ ਦੇਖਿਓ ਸਾਡੇ ਕਿੰਨੇ ਪੇਸ਼ੈਂਟ ਆਉਣਗੇ ਔਰ ਹਉਂਦੇ ਵੀ ਨਹੀਂ ਜੀ 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 ਕਿ ਤੁਹਾਨੂੰ ਛੋਟੀ ਜੀ ਸਟੋਰੀ ਸਾਂਝੀ ਕਰਦਾ ਜੀ ਅ ਤੁਹਾਡਾ ਤਾਂ ਆਪਣਾ ਸ਼ਹਿਰ ਆ ਖੰਨਾ ਹਾਂਜੀ ਉੱਥੇ ਦੀ ਉਹ ਸਟੋਰੀ ਸ਼ੇਅਰ ਕਰਦੇ ਆ ਉੱਥੋਂ ਇੱਕ ਪੇਸ਼ੈਂਟ ਆਏ ਸੀਗੇ ਉਹਨਾਂ ਦੀ ਲੜਕੀ ਕਰਦੀ ਸੀ ਹਾਂਜੀ ਚਿੱਟੇ ਦਾ ਨਸ਼ਾ ਅੱਛਾ ਜੀ ਉਹ ਲੜਕੀ ਫਸ ਗਈ ਵਿਚਾਰੀ ਕਿਤੇ ਹੈਨਾ ਤੇ ਉਹ ਜਦੋਂ ਆਏ ਮੇਰੇ ਕੋਲ ਆਏ ਪੂਰਾ ਪਰਿਵਾਰ ਆਏ ਬੈਠਾ ਜਿਵੇਂ ਕੋਈ ਮਾਤਮ ਨਹੀਂ ਹੁੰਦਾ ਘਰ 'ਚ ਛਾਇਆ ਹੋਇਆ ਚਾਚੇ ਤਾਏ ਵੀ ਭੂਆ ਫੂਪੀਆਂ ਮਤਲਬ ਪੂਰਾ ਪਰਿਵਾਰ ਸੀਗਾ ਜੀ 6-8 ਬੰਦਿਆਂ ਦਾ ਹੈ ਹੀ ਮਾਤਮ ਵਾਲੀ ਗੱਲ ਹੈ ਮਾਤਮ ਵਾਲੀ ਗੱਲ ਸੀ ਚੀਜ਼ ਨੂੰ ਜਾ ਰਿਹਾ ਜੈ ਮੈਂ ਕਹਿੰਦਾ ਜੀ ਧੀ ਪੈਣ ਜਿਹੜੀ ਹੁੰਦੀ ਹੈ ਸਾਡੇ ਘਰ ਦੀ ਇੱਜ਼ਤ ਹੁੰਦੀ ਆ ਜਦੋਂ ਉਹ ਟੋਕਰੀ ਚ ਪੈ ਗਈ ਤਾਂ ਸਮਝੋ ਪੂਰਾ ਟੱਬਰ ਰੁਲ ਗਿਆ ਮੁੰਡਿਆਂ ਦੀ ਕੀ ਗੱਲ ਆ ਮੁੰਡਾ ਤਾਂ ਆਪਾਂ ਕਹਿ ਦਿੰਨੇ ਜੱਟ ਦਾ ਪੁੱਤ ਆ ਵੀ ਕੋਈ ਗੱਲ ਨਹੀਂ ਕਰ ਲੈਣ ਦੇ ਪਰ ਧੀ ਤਾਂ ਚਾਹੇ ਕਿਸੇ ਦੀ ਆ ਜੀ ਸਭ ਦੀ ਸਾਂਝੀ ਜਦੋਂ ਫਸਦੀ ਧੀ ਪੁੱਤ ਸਾਰਿਆਂ ਵਾਸਤੇ ਮਾੜੀਆਂ ਚੀਜ਼ਾਂ ਨੇ ਇਹ ਤਾਂ ਹਾਂਜੀ ਹਾਂ ਤੇ ਲੇਕਿਨ ਉਹ ਜਦੋਂ ਮੇਰੇ ਕੋਲ ਬੈਠੇ ਮੈਨੂੰ ਕਹਿੰਦੇ ਵੀ ਗੁਲਸਬ ਤੁਹਾਡਾ ਬੜਾ ਸੁਣਿਆ ਸੀ ਪ੍ਰਚਾਰ ਇਹਦੇ ਬਾਰੇ ਵੀ ਦੱਸੋ ਕਿਵੇਂ ਉਹ ਮੈਂ ਤਾਂ ਕੋਈ ਡਰਨ ਹਾਂਜੀ ਵੀਰ ਹੁਣ ਇਹ ਪਤਾ ਨਹੀਂ ਕੀ ਕਰਨਗੇ ਕਿਉਂਕਿ ਉਹ ਬੱਚਿਆਂ ਨਾਲ ਸਾਰੀ ਗਲਤ ਹੁੰਦਾ ਸੀ ਦਵਾਈਆਂ ਉਹ ਕਹਿੰਦੇ ਵੀ ਸਾਨੂੰ ਐ ਡਰ ਆ ਵੀ ਕਿਤੇ ਇਹ ਚ ਕੋਈ ਐਡਾ ਬੜਾ ਨੁਕਸਾਨ ਨਾ ਪੈ ਜਾਵੇ ਵੀ ਕੱਲ ਨੂੰ ਇਹ ਮਾਂ ਇਹ ਨਾ ਬਣ ਸਕੇ ਕੋਈ ਹੋਰ ਨਾ ਗੱਲ ਹੋ ਜੇ ਵੀ ਇਹਨੇ ਕਿਸੇ ਦਾ ਘਰ ਬਸਾਉਣਾ ਆਪਦਾ ਜੀ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿਹਾ ਜੀ ਆਪਾਂ ਖੁਦ ਵੀ ਦੋ ਧੀਾਂ ਦੇ ਪਿਓ ਆ ਧੀ ਨੂੰ ਸਵੇਰੇ ਘਰੋਂ ਤੋਰ ਕੇ ਸ਼ਾਮ ਨੂੰ ਫਿਕਰ ਹੁੰਦਾ ਵੀ ਕਿਤੇ ਕੋਈ ਇਹੋ ਜਿਹਾ ਕੰਮ ਨਾ ਹੋ ਜਾਏ ਵੀ ਨੱਕ ਅਡਬੋ ਕੇ ਮਰਨ ਵਾਲੀ ਗੱਲ ਹੋ ਜੇ ਜੀ 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 ਤੇ ਉਹਨਾਂ ਨੂੰ ਜਦੋਂ ਮੈਡਮ ਉਹ ਦਵਾਈਆਂ ਦੇ ਬਾਰੇ ਸਾਰਾ ਸਮਝਾਇਆ ਉਹ ਬੱਚੀ ਜਿਹੜੀ ਸੀ ਨਾ ਜੀ ਉਹ ਐਮਬੀਬੀਐਸ ਦੀ ਸਟੂਡੈਂਟ ਆ ਓਹੋ ਦੇਖ ਲਓ ਨਾ ਉਹਨੂੰ ਤਾਂ ਸਾਰੀ ਸਮਝ ਹੁੰਨੀ ਚਾਹੀਦੀ ਸੀ ਸਾਰੀ ਸਮਝਦੀ ਜਦੋਂ ਉਹਨੂੰ ਮੈਂ ਚੈਪਟਰ ਸਮਝਾਇਆ ਉਹਨੇ ਫਿਰ ਆਪਣੇ ਪੇਰੈਂਟਸ ਨੂੰ ਕਿਹਾ ਹਾਂਜੀ ਕਹਿੰਦੀ ਇਹ ਦਵਾਈ ਖਿਲਾ ਦਿਓ ਜੀ ਮੈਨੂੰ ਅੱਛਾ ਔਰ ਉਹ ਕਹਿੰਦੀ ਗੁਲਸਰਬ ਕਿੰਨੇ ਦਿਨ ਲੱਗਣਗੇ ਮਖਾ ਬੇਟਾ ਇਹਨੂੰ ਲੱਗਦੇ ਆ 2 ਮਹੀਨੇ ਜੀ ਕਹਿੰਦੀ ਗੁਲਸਰਬ ਮੈਂ 8 ਦਿਨ ਚ ਛੱਡ ਦੂੰਗੀ ਅੱਛਾ ਮੈਨੂੰ 8 ਦਿਨ ਦੀ ਦਵਾਈ ਦੇ ਦੋ ਮੈਨੂੰ ਇੰਨੀ ਕ ਹੈਲਪ ਚਾਹੀਦੀ ਆ ਬੱਚਾ ਮਨ ਪੱਕਾ ਕਰ ਲਿਆ ਹੁਣੇ ਮੈਂ ਕਹਣਾ ਮੈਡਮ ਜੀ ਤੁਸੀਂ ਯਕੀਨ ਮੰਨੋ ਉਹ ਕੁੜੀ ਨੇ 8 ਨਹੀਂ 7 ਦਿਨ ਚ ਨਸ਼ਾ ਛੱਡਿਆ ਮੇਰੀ ਦਵਾਈ ਵੀ ਛੱਡ ਗਈ ਕਹਿੰਦੀ ਵੀਰ ਜੀ ਤੁਸੀਂ ਕਿਤੇ ਵੀ ਕਹਿੰਦੀ ਇਹ ਅੱਜ ਤੋਂ ਬਾਅਦ ਤੁਸੀਂ ਕੋਈ ਕੋਈ ਇਨਸਾਨ ਹੀ ਨਹੀਂ ਕਹਿ ਸਕਦਾ ਰੂਚੀ ਨਾਮ ਹੈ ਕੁੜੀ ਦਾ ਹਾਂਜੀ ਕਹਿੰਦੀ ਅੱਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਅੱਜ ਤੋਂ ਬਾਅਦ ਵੀ ਮੈਂ ਮਤਲਬ ਕੋਈ ਨਸ਼ੇ ਨੂੰ ਹੱਥ ਵੀ ਲਾਇਆ ਮੂੰਹ ਵੀ ਲਾਇਆ ਪਰ ਕਹਿੰਦੀ ਮੈਂ ਅੱਜ ਇਹ ਕਹਿ ਸਕਦੀ ਸੀ ਵੀ ਜਿੰਨਾ ਨਸ਼ਾ ਮੈਂ ਕਰਦੀ ਸੀ ਸ਼ਾਇਦ ਕੋਈ ਮੁੰਡਾ ਵੀ ਨਹੀਂ ਕਰਦਾ ਹੋਣਾ ਜਿਹੜਾ ਮੈਂ 8 ਦਿਨ ਚ ਇਹ ਦਵਾਈ ਨਾਲ ਛੱਡ ਪਾਈਆਂ ਪਰ ਉਹਨੂੰ ਇੰਨੀ ਕੁ ਹੈਲਪ ਦੀ ਲੋੜ ਸੀ ਕਿਉਂਕਿ ਉਹ ਚੈਪਟਰ ਪੜ ਗਈ ਸੀ ਜੀ ਸਾਰਾ ਉਹਨੂੰ ਪਤਾ ਲੱਗ ਗਿਆ ਸੀ ਗੁਇਲ ਸਾਹਿਬ ਮੈਨੂੰ ਕੀ ਦੇਣ ਵਾਲੇ ਨੇ ਔਰ ਉਹਨੇ ਉਸ ਦਵਾਈ ਦੀ ਡੋਜ਼ ਆਪ ਸੈੱਟ ਕਰ ਲਈ ਜੇ ਅਸੀਂ 15 ਗ੍ਰਾਮ ਦੇਣੀ ਸੀ ਉਹਨੇ 18 ਗ੍ਰਾਮ 21 ਗ੍ਰਾਮ ਤੋਂ ਸ਼ੁਰੂ ਕਰ ਲਈ ਆਪ ਦੇ ਆਪ ਡੋਜ਼ ਸੈੱਟ ਕਰਕੇ ਉਸ ਕੁੜੀ ਨੇ ਕਮਾਲ ਹੀ ਕਰਤਾ ਜੀ ਸਾਡਾ ਹੌਸਲਾ ਇੰਨਾ ਵਧਿਆ ਵੀ ਸਾਡੀ ਦਵਾਈ ਇੰਨੀ ਛੇਤੀ ਵੀ ਕੰਮ ਕਰ ਸਕਦੀ ਹੈ ਅਸੀਂ ਖੁਦ ਹੀ ਨਹੀਂ ਸੀਗੇ ਇਸ ਗੱਲ ਨੂੰ ਪਰ ਪਿਆ ਸਾਨੂੰ ਐਸੇ ਵੀ 2 ਮਹੀਨੇ ਤੱਕ ਖਾਣੀ ਖਾਣੀ ਆ ਵੀ ਕੋਰਸ ਪੂਰਾ ਕਰਨਾ ਉਸ ਤੋਂ ਬਾਅਦ ਮੈਂ ਕਹਿਣ ਲੱਗਿਆ ਵੀ ਮਿੱਤਰੋ ਮਨ ਬਣਾਓ ਦਵਾਈ 4 ਦਿਨ ਦੀ ਲੈ ਕੇ ਜਾਓ ਤੁਹਾਡਾ ਮਨ ਆਪੇ ਕਹੂਗਾ ਵੀ ਆਪਾਂ ਹੋਰ ਕਿੰਨੇ ਦਿਨ ਖਾਣੀ ਆ ਮੇਰੇ ਕਹੇ ਤੇ ਵੀ ਨਹੀਂ ਇਹ ਦਵਾਈ ਦਾ ਇੰਨਾ ਫਾਇਦਾ ਹੋਇਆ ਜੀ ਔਰ ਫਿਰ ਅਸੀਂ ਇਹਦੇ ਵਿੱਚ ਦਿੱਤਾ ਨਾਲ ਜਿਵੇਂ ਹੁਣ ਜਦੋਂ ਨਾ ਜਿਹੜੇ ਮੁੰਡੇ ਆਉਂਦੇ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਨਸ਼ੇ ਕਰਦੇ ਤੇ ਅੰਦਰ ਉਹਨਾਂ ਦੇ ਜਿਹੜੇ ਆਰਗਨਸ ਨੇ ਉਹ ਵੀਕ ਹੁੰਦੇ ਨੇ ਹਾਰਟ ਬ੍ਰੇਨ ਦਿਮਾਗ ਬਹੁਤ ਵੀਕ ਹੋ ਜਾਂਦਾ ਸਮਝ ਹੀ ਨਹੀਂ ਆਉਂਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬੁੱਝ ਹੋ ਜਾਂਦਾ ਦਿਮਾਗ ਮਾਪ ਨੂੰ ਮਾਪਣੀ ਸਮਝਦੇ ਹਨ ਆਪਣੇ ਆਪ ਦਾ ਨਹੀਂ ਪਤਾ ਨਾਏ ਕਿ ਨਹੀਂ ਨਾਏ ਖਾਇਆ ਕਿ ਨਹੀਂ ਖਾਇਆ ਕਿੱਥੇ ਸੌਂਗੇ ਕਿੱਥੇ ਪੈਗੇ ਮਤਲਬ ਇਹ ਇਹਦੇ ਵਾਸਤੇ ਅਸੀਂ ਮਤਲਬ ਮੈਂ ਤੁਹਾਨੂੰ ਦੱਸਾਂ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਸੋਲੱਖੀਆ ਸਾਹਿਬ ਮੇਰਾ ਉੱਤੇ ਬਹੁਤ ਵਿਸ਼ਵਾਸ ਹੈ ਜੀ ਮੈਂ ਹਰ ਮਹੀਨੇ ਨਾਣਾ ਦੇ ਵੀ ਜਾਂਦਾ ਹਾਂ ਸਿਰਫ ਇਸੇ ਕੰਮ ਲਈ ਹਵਨ ਕਰਾਉਨੇ ਆ ਉੱਥੇ ਵੀ ਇਹ ਮਾਤਾ ਰਾਣੀ ਸਾਡੇ ਹੱਥ ਚੋਂ ਬਰਕਤ ਰੱਖੀ ਜਿਹੜੀ ਤੋਂ ਅੱਜ ਤੱਕ ਰੱਖੀ ਹੋਈ ਆ ਵੀ ਬਾਕੀ ਤਾਂ ਸਾਨੂੰ ਪਤਾ ਨਹੀਂ ਸ਼ੂਗਰ ਸ਼ਕਰ ਗੋਡਿਆਂ ਦੇ ਦਰਦ ਤਾਂ ਕੋਈ ਕਿਤੋਂ ਹੋਰ ਵੀ ਠੀਕ ਕਰ ਲੂ ਪਰ ਆਹ ਜੇ ਤਾਂ ਸਾਨੂੰ ਕੁਝ ਦਿੱਤਾ ਇਹਦੇ ਚ ਨਾ ਇੰਨੀ ਬਰਕਤ ਰੱਖੀ ਵੀ ਜਿਹੜੇ ਘਰ ਚ ਅੱਜ ਤੱਕ ਜਿੱਥੇ ਵੀ ਗਈ ਆ ਨਾ ਮੈਡਮ ਇਹ ਦਵਾਈ ਆਸ਼ੀਰਵਾਦ ਮਿਲਿਆ ਸਾਰੇ ਪਰਿਵਾਰਾਂ ਦਾ ਤੇ ਉਹ ਫਿਰ ਮੈਂ ਸੋਲੱਖੀਆ ਗੁਰਦੁਆਰੇ ਦੀਪ ਸਿੰਘ ਬਾਬਾ ਜੀ ਕੋਲੇ ਆ ਕੇ ਬਹੁਤ ਤਾਕਤ ਮਿਲਦੀ ਹੈ ਜੀ ਉੱਥੇ ਫਿਰ ਅਸੀਂ ਲੰਗਰ ਵੀ ਛਕਦੇ ਆ ਉੱਥੇ ਫਿਰ ਅਸੀਂ ਲਿਟ ਲਿਟ ਕੇ ਅਰਦਾਸਾਂ ਕਰਦੇ ਆਂ ਤੇ ਉਹ ਜਿੰਨੇ ਵੀ ਉੱਥੇ ਲੋਕ ਕੰਮ ਕਰਦੇ ਆ ਸੇਵਾਦਾਰ ਉਹ ਜਾਣਦੇ ਆ ਵੀ ਸੁਭਾਸ਼ ਗੋਇਲ ਇੱਥੇ ਆ ਕੇ ਲਟਦਾ ਜੀ 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 ਤੇ ਉਹ ਜਿਹੜੀ ਚੀਜ਼ ਆ ਨਾ ਜੀ ਉਹ ਕਿਤੇ ਨਾ ਕਿਤੇ ਬਰਕਤ ਪਾਉਂਦੀ ਆ ਉੱਥੇ ਫਿਰ ਜਦੋਂ ਇਹ ਚੀਜ਼ਾਂ ਬਣਦੀਆਂ ਨੇ ਫਿਰ ਕੇਸਰ ਸ਼ਿਲਾਜੀਤ ਅਸ਼ਵਗੰਧ ਸ਼ਤਾਵਰ ਸਵੇਦ ਮੁਸਲੀ ਸਾਲ ਪੰਜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਪੰਜੀਰੀ ਬਣਦੀ ਆ ਉਹ ਪੰਜੀਰੀ ਆ ਜੀ ਗੱਭਰੂ ਡਾਈਟ ਅੱਛਾ ਜੀ ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਜਿਵੇਂ ਚ ਕੇਸਰ ਪੈਂਦਾ ਅਸਲੀ ਜੀ ਜੀ ਹੋਰ ਬੜੀਆਂ ਚੀਜ਼ਾਂ ਨੇ ਜਦੋਂ ਫਿਰ ਨਸ਼ੇ ਦੇ ਨਾਲ ਸਾਡੇ ਆਰਗਨ ਸਾਰੇ ਡੈਡ ਹੋ ਜਾਂਦੇ ਫਿਰ ਇਹਦੇ ਨਾਲ ਫਿਰ ਸੁਰਜੀਤ ਹੋ ਜਾਂਦਾ ਇਹ ਫਿਰ ਉਹ ਦੁਬਾਰਾ ਤੋਂ ਇਹਨੂੰ એનਰਜੈਟਿਕ ਕਰਦਾ ਜੀ 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 ਜਿਵੇਂ ਇਹ ਤਾਂ ਗੱਡੀ ਥੱਲੇ ਜੈਕ ਲੱਗ ਗਿਆ ਜੀ ਨਸ਼ੇ ਦੀ ਤਲਬ ਨਹੀਂ ਲੱਗਣ ਦਿੰਦਾ ਪਹਿਲੇ ਦਿਨ ਤੋਂ ਇਹ 2 ਮਹੀਨੇ ਚ ਬਾਅਦ ਦਵਾਈ ਖਤਮ ਕਰਦ ਨੇ ਖਾ ਕੇ ਮੁੜ ਕੇ ਨਹੀਂ ਖਾਣੀ ਮੁੜ ਕੇ ਖਾਣੀ ਹੋਣੀ ਨਹੀਂ ਬੰਦ ਹੋ ਗਈ ਮੁੜ ਕੇ ਉਹਨੇ ਆਉਣਾ ਹੀ ਨਹੀਂ ਸਾਡੇ ਕੋਲੇ ਮੈਂ ਤਾਂ ਇਹ ਹੈਰਾਨ ਹੁਣ ਕਿ ਜਾਨੂ ਮੈਂ ਕਹਿਣਾ ਨਾ ਕਰ ਤੂੰ 10 ਦਿਨ ਮੇਰੇ ਕਲੀਨਿਕ ਤੇ ਡਿਊਟੀ ਲਾ ਬੈਠ ਤੈਨੂੰ ਪਤਾ ਲੱਗੂਗਾ ਬਾਹਰ ਜਿਹੜੇ 150 ਮਰੀਜ਼ ਬੈਠੇ ਨੇ ਉਹ ਹੀ ਦੱਸਣਗੇ ਵੀ ਮਤਲਬ ਉਹਨਾਂ ਚੋਂ ਤੈਨੂੰ ਇੱਕ ਵੀ ਐਜਾ ਨਹੀਂ ਮਿਲੂ ਜਿਹੜਾ ਆ ਕੇ ਕਹਿੰਦਾ ਹੋਵੇ ਵੀ 20 ਕੈਪਸੂਲ ਦੇ ਦੋ 50 ਕੈਪਸੂਲ ਦੇ ਦੋ ਵੀ ਲੱਗਿਆ ਹੋਇਆ ਕੋਈ ਲੱਗਿਆ ਹੋਇਆ ਆਉਣਾ ਉਹਨੇ ਸਾਡੇ ਡਾਕਟਰ ਨੂੰ ਮਿਲਣਾ ਡਾਕਟਰ ਨੇ ਪਰਚੀ ਚੱਲਣਾ ਜੀ ਜੀ ਔਰ ਸਾਡੇ ਕੋਲੇ ਨਾ ਜੀ ਜਿਹੜੀਆਂ ਜੜੀਆਂ ਜੜੀਆਂ ਬੂਟੀਆਂ ਵੀ ਆਉਂਦੀਆਂ ਨੇ ਉਹ ਪਿਓਰ ਨੇ ਅੱਜ ਤੁਸੀਂ ਆਏ ਹੋ ਤੁਹਾਡੇ ਨਾਲ ਮੈਂ ਦੋ ਤਿੰਨ ਮਿੰਟ ਦੀ ਇੱਕ ਗੱਲ ਹੋਰ ਸਾਂਝੀ ਕਰੂੰਗਾ ਤੁਹਾਨੂੰ ਮੈਂ ਇੱਕ ਕੇਸਰ ਬਾਰੇ ਜਾਣਕਾਰੀ ਦਊਂਗਾ ਅਸਲੀ ਕੇਸਰ ਕੀ ਹੁੰਦਾ ਨਕਲੀ ਕੇਸਰ ਬਹੁਤ ਵਿਕਦਾ ਮਾਰਕੀਟ ਚ ਇੱਕ ਅਸਲੀ ਕੇਸਰ ਆ ਉਹਦੀ ਇੱਕ ਪਹਿਚਾਨ ਕਿ ਉਹ ਉਹ ਇਹਦੇ ਵਿੱਚ ਪੈਂਦਾ ਜੀ ਫਸਟ ਇੱਕ ਇੱਕ ਚੀਜ਼ ਲਿਖੀ ਹੋਈ ਹੈ ਜੀ ਕੇਸਰ ਰਾ ਕੇਸਰ ਸਾਲੋ ਤਾਹਰ ਸਾਰੀਆਂ ਚੀਜ਼ਾਂ ਦੇ ਚ ਲਿਖੀਆਂ ਹੋਈਆਂ ਜਿਹੜੇ ਸਾਡੇ ਆਰਗਨ ਆਰਗਨਸ ਨੂੰ ਬੈਨੀਫਿਟ ਦਿੰਦੇ ਆ ਹੁਣ ਜਿਵੇਂ ਆਪਾਂ ਇਹ ਪਾਣੀ ਰੱਖਿਆ ਹੋਇਆ ਜੀ ਇਹ ਆਪਣੇ ਕੋਲੇ ਪਿਓਰ ਕੇਸਰ ਆਉਂਦਾ ਜੀ ਕਸ਼ਮੀਰ ਦਾ ਇਹਦੇ ਖੁਸ਼ਬੂਏ ਖੋਲਣ ਇੱਕਦਮ ਸানা ਸਾਰੇ ਪਾਸੇ ਫੈਲ ਗਿਆ ਤੁਸੀਂ ਦੇਖੋ ਲੈ ਕੇ ਹਾਂਜੀ ਕਸ਼ੂ ਲੈ ਕੇ ਦੇਖੋ ਹਾਂ ਹਾਂ ਇਹ ਜੀ ਪਿਓਰ ਜੀ ਬਿਲਕੁਲ ਪਿਓਰ ਹਾਂ ਇਹਨਾਂ ਨੂੰ ਸੀਸੀਆਂ ਵੀ ਉਹੀ ਲਾਈਆਂ ਹੋਈਆਂ ਨੇ ਜੀ ਕੰਚ ਕੰਚ ਦੀਆਂ ਲੱਗੀਆਂ। ਹਾਂ ਜੀ ਇਹ ਦੋ ਦਾਣੇ ਬਹੁਤ ਦੁੱਧ ਚ ਪਾਓ ਤਾਂ ਇਹ ਦਾ ਇਹ ਦੇਖੋ ਜੀ ਆਪਾਂ ਹੁਣ ਕਿੰਨਾ ਪਾਵਾਂਗੇ? ਹਾਂ ਜੀ ਮੁਸ਼ਕਲ ਨਾਲ ਇਹ ਮੇਰੇ ਖਾਲਾ ਦੋ ਦੁੱਧ ਲੱਕਿਆ। ਹਾਂ ਜੀ ਇਹ ਦੋ ਤਿੰਨ ਲੱਕਿਆ ਪਾਏ ਚ ਪਾਤੇ ਆਪਾਂ ਗੱਲਾਂ ਕਰਦੇ ਆਂ ਤੁਸੀਂ ਦੇਖਿਓ ਇਹਦਾ ਰੰਗ ਕਿਵੇਂ ਹਲਦੀ ਵਰਗਾ ਹਲਦੀ ਵਰਗਾ ਹੋ ਜੰਗਾ ਹਾਂ ਜੀ ਇਸ ਜਿਹੜੀ ਪਿਓਰ ਚੀਜ਼ਾਂ ਨੇ ਇਹਨਾਂ ਦੀ ਆਪਣੀ ਇੱਕ ਪਹਿਚਾਣ ਆ ਤਾਂ ਇਹ ਚੀਜ਼ਾਂ ਜਦੋਂ ਅਸੀਂ ਆਪਣੇ ਪੇਸ਼ੈਂਟਸ ਨੂੰ ਦੰਨੇ ਆ ਤਾਂ ਐ ਲੱਗਦਾ ਹੁੰਦਾ ਸੀ ਆਪਣੇ ਪਰਿਵਾਰ ਨੂੰ ਦੰਨੇ ਆ ਤਾਂ ਜਿਹੜੀ ਗੱਲ ਹੋ ਗਈ ਆਪਣੀ ਜਿੰਨੇ ਵੀ ਨਸ਼ੇ ਨੇ ਇਹ ਇਹ ਬਿਨਾਂ ਦੱਸੇ ਨਹੀਂ ਛੁੱਟਦੇ ਜੀ 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 ਔਰ ਇੱਕੋ ਹੀ ਨਸ਼ਾ ਸਾਡੇ ਕੋਲੋਂ ਜਿਹੜਾ ਚਲਾਇਆ ਜਾਂਦਾ ਸ਼ਰਾਬ ਦਾ ਹਾਂਜੀ ਉਹ ਬਿਨਾਂ ਦੱਸੇ ਚੜਾਇਆ ਅੱਛਾ ਜੀ ਜਿਹੜੀ ਤੁਸੀਂ ਪੰਜੀਰੀ ਦੀ ਗੱਲ ਕੀਤੀ ਆ ਪੰਜੀਰੀ ਵੀ ਤੁਹਾਨੂੰ ਬਸ ਕੋਈ ਟਾਈਮ ਆ ਬਸ ਸੁਣਨੇ ਦਾ ਟਾਈਮ ਹੈ ਖਾਣੀ ਆ ਕਿ ਇਹ ਵੀ ਤੁਸੀਂ ਖਾਣੀ ਨਹੀਂ ਇਹ ਅਸੀਂ 3 ਕਿ ਮਹੀਨੇ ਖਵੰਨੇ ਜੀ अच्छा जी ये 3 ਕੁ ਮਹੀਨੇ ਚ ਇਨਸਾਨ ਦੇ ਬਾਡੀ ਦੇ ਵਿੱਚ ਬਲੱਡ ਔਰ ਬੀਰਜ ਦੀ ਕੁਆਲਿਟੀ ਬਹੁਤ ਸਟਰੋਂਗ ਹੋ ਜਾਂਦੀ ਹੈ ਸਪਰਮ ਸਟਰੋਂਗ ਹੋ ਜਾਂਦਾ ਤੇ ਉਹਦੇ ਨਾਲ ਕੀ ਹੈ ਕਿ ਉਹਦੇ ਰੀਡ ਦੀ ਹੱਡੀ ਟੋਟਲ ਗੋਡੇ ਮੋਢਿਆਂ ਦੀਆਂ ਹੱਡੀਆਂ ਜਿੰਨਾ ਵੀ ਸਾਡਾ ਸਕੈਲਟਨ 360 ਸਾਡੀਆਂ ਜੋਇੰਟ ਉਹਨਾਂ ਦੇ ਵਿੱਚ ਪੂਰੀ ਜਾਨ ਆ ਜਾਂਦੀ ਹੈ ਅੰਦਰ ਜਿਹੜੀ ਮਿਜ ਹੈਗੀ ਉਹ ਵੀ ਸਟਰੋਂਗ ਹੋ ਜਾਂਦੀ ਹੈ ਉਹ ਸਟਰੋਂਗ ਹੋ ਜਾਂਦੀ ਹੈ ਉਹਨੂੰ ਐ ਲੱਗਣ ਲੱਗ ਜਾਂਦਾ ਵੀ ਹੁਣ ਜੰਮ ਜੁਆਇਨ ਕਰੀਏ ਯਾਰ ਮਨੋਂ ਹੋਸ਼ ਆ ਜਾਂਦਾ ਤਾਂ ਉਹ ਕਰਦੇ ਵੀ ਨੇ ਜੀ ਬੱਚੇ ਫਿਰ ਇੱਕ ਮੈਂ ਹੋਰ ਗੱਲ ਆਪਾਂ ਇੱਕ ਵਹਿਮ ਜਿਹੜਾ ਬੱਚਿਆਂ 'ਚ ਲੋਕਾਂ ਦੇ ਵਿੱਚ ਆਮ ਬਣਿਆ ਹੋਇਆ ਹੈ ਉਹ ਵਹਿਮ ਆ ਉਹ ਕਹਿੰਦੇ ਨੇ ਜੀ ਸ਼ਿਵ ਮਹਾਰਾਜ ਜੀ ਵੀ ਸulfah ਪਿੰਦੇ ਸੀਗੇ ਤੇ ਅਸੀਂ ਤਾਂ ਉਹਨਾਂ ਦੇ ਚੇਲੇ ਆ ਅਸੀਂ ਤਾਂ ਸulfah ਪਿੰਨੇ ਆ ਵੀ ਉਹ ਨਸ਼ੇ 'ਚ ਬੈ ਕੇ ਭਗਤੀ ਕਰਦੇ ਸੀਗੇ ਭੰਗ ਪਿੰਦੇ ਜੋ ਇਦਾਂ ਦੀਆਂ ਗੱਲਾਂ ਆਮ ਕਈ ਵਹਿਮਾਂ ਦੇ ਵਿੱਚ ਲੋਕੀ ਪਾਉਂਦੇ ਨੇ ਨਾ ਮੈਂ ਕਹਿੰਦੀ ਆ ਵੀ ਉਹ ਤਾਂ ਨਸ਼ਾ ਕਰਦੇ ਹੀ ਨਹੀਂ ਸੀਗੇ ਸ਼ਿਵ ਮਹਾਰਾਜ ਦੇ ਕੋਲ ਤਾਂ ਅਮਰਤ ਚਾਰਦਾ ਸੀਗਾ ਤਾਂ ਆਪਣੇ ਅਮਰ ਦੇ ਵਿੱਚ ਬੈਠੇ ਸੀ ਜਿਹੜਾ ਮੈਡੀਟੇਸ਼ਨ ਆਪਾਂ ਕਰਦੇ ਆ ਤੇ ਉਹਨਾਂ ਨੇ ਤਾਂ ਸਾਨੂੰ ਦੱਸਿਆ ਨੇ ਇਹ ਜੜੀਆਂ ਬੂਟੀਆਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਨੇ ਜਿਹੜੇ ਸਾਡੇ ਚਾਰੋਂ ਵੇਦਨ ਉਹਨਾਂ ਵਿੱਚ ਉਹਨਾਂ ਨੇ ਤਾਂ ਸਾਰਾ ਕੁਝ ਦੱਸਿਆ ਤੇ ਉਹ ਤਾਂ ਇਹਨਾਂ ਚੀਜ਼ਾਂ ਤੋਂ ਸਗੋਂ ਦੂਰ ਕਰਦੇ ਨੇ ਤੇ ਇਹ ਇਹ ਭਲੇਖਾ ਵੀ ਦੂਰ ਕਰੋ ਬੱਚਿਆਂ ਦਾ ਨਾ ਹੁੰਦਾ ਕੀ ਹੈ ਜਿਵੇਂ ਕਹਿੰਦੇ ਨਾ ਪੀਣੇ ਵਾਲੇ ਕੋ ਪੀਣੇ ਕ ਬੰਨਣਾ ਚਾਹੀਏ ਜੀ 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 ਹੈ ਨਾ ਉਹ ਬੰਨਣਾ ਹੀ ਹੁੰਦਾ ਵੀ ਵੀ ਡਾਕਟਰ ਸਾਹਿਬ ਆਪਾਂ ਤਾਂ ਹੁਣ ਦਾਰੂ ਛੱਡਤੀ ਪਾ ਕਿਸੇ ਖੁਸ਼ੀ ਦੇ ਮੌਕੇ ਪੀ ਲਈ ਦੀਆ ਜੀ ਉਹ ਖੁਸ਼ੀ ਤਕਰੀਬਨ ਰੋਜ਼ ਹੀ ਰਹਿੰਦੀ ਹੈ ਜੀ ਕੋਈ ਨਾ ਕੋਈ ਹਾਂਜੀ ਹਾਂਜੀ ਤੇ ਮਤਲਬ ਇੱਕ ਬਹਾਨਾ ਹੈ ਬਹਾਨਾ ਹਾਂਜੀ ਜਿਵੇਂ ਹੁਣ ਬੱਚੇ ਕਹਿੰਦੇ ਨੇ ਜੀ ਭਗਵਾਨ ਸ਼ਿਵ ਸ਼ੰਕਰ ਭੋਲੇनाथ ਜੀ ਜਿਹੜੇ ਨੇ ਉਹ ਉਹ ਭੰਗ ਪੀਂਦੇ ਸੀ ਭੰਗ ਪੀਂਦੇ ਪ੍ਰਸ਼ਾਦ ਅ ਜੀ ਤਾਂ ਸ਼ਿਵਰਾਤੇ ਨੂੰ ਸਾਰੇ ਰੱਜੇ ਹੁੰਦੇ ਭੰਗ ਪੀਂਦੇ ਇਹ ਸਾਰੀਆਂ ਜਿਹੜੀਆਂ ਨੇ ਨਾ ਜੀ ਇਹ ਚੀਜ਼ਾਂ ਇਹ ਇਹ ਅਧਿਆਤਮਕ ਚੀਜ਼ਾਂ ਨੇ ਇਹਨਾਂ ਬਾਰੇ ਜੇ ਆਪਾਂ ਗੱਲ ਵੀ ਕਰਾਂਗੇ ਤਾਂ ਆਪਾਂ ਬਹੁਤ ਬੋਣੇ ਆ ਇਹਨਾਂ ਚੀਜ਼ਾਂ ਦੇ ਬਿਲਕੁਲ 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 ਹੁਣ ਜੇ ਜੇ ਤੁਸੀਂ ਸ਼ਿਵ ਜੀ ਭਗਵਾਨ ਦੀ ਗੱਲ ਕਰਦੇ ਹੋ ਤਾਂ ਤੁਸੀਂ ਆਪਣੇ ਪਿਓ ਤੇ ਚਲੇ ਜਾਓ ਜੀ ਉਹ ਉਹ ਤਾਂ ਢੱਲੀ ਕਿੰਨੀ ਮਿਹਨਤ ਕਰਦਾ ਕਿੰਨਾ ਔਖਾ ਤਾਂ ਢੱਲੀ 2 ਪੈਸੇ ਕਮਾ ਕੇ ਲਿਆਉਂਦਾ ਤਾਂ ਉਹਦੇ ਬਾਰੇ ਸੋਚ ਲਓ ਨਾ ਉਹ ਤਾਂ ਘਰ 'ਚ ਸ਼ਵਜੀ ਬੈਠਾ ਤੁਹਾਡੇ ਜੀ ਬਿਲਕੁਲ ਬਿਲਕੁਲ ਤੇ ਬڑے-ਬڑے ਰਿਸ਼ੀ-ਮੁਨੀਆ ਨੇ ਵੀ ਕਿਹਾ ਵੀ ਮਾਪੇ ਤੋਂ ਬਾਅਦ ਹੈ ਭਗਵਾਨ ਬਿਲਕੁਲ ਬਿਲਕੁਲ ਪਹਿਲਾਂ ਤੁਹਾਡੇ ਘਰ ਚੋਂ ਨੇ ਜਿਨ੍ਹਾਂ ਨੇ ਤੁਹਾਨੂੰ ਜਦੋਂ ਤੁਹਾਡੀ ਅੱਖਾਂ ਵੀ ਨਹੀਂ ਖੁੱਲੀਆਂ ਸੀ ਤੁਹਾਨੂੰ ਸੁੰਗਣ ਦੀ ਸ਼ਕਤੀ ਵੀ ਨਹੀਂ ਦੀ ਥੋੜੀ ਉਦੋਂ ਤੁਹਾਨੂੰ ਜਿਨ੍ਹਾਂ ਨੇ ਸੰਭਾਲ ਲਿਆ ਭਗਵਾਨ ਨੇ ਉਹਨਾਂ ਦੀ ਡਿਊਟੀ ਲਈ ਤਾਂ ਉਹ ਭਗਵਾਨ ਨੇ ਆਪਣਾ ਰੂਪ ਹੀ ਤੈਨੂੰ ਦਿੱਤਾ ਤਾਂ ਉਹ ਚੀਜ਼ ਨੂੰ ਦੇਖ ਲਓ ਪਰ ਜਿਹੜੇ ਬੱਚੇ ਇਹ ਗੱਲਾਂ ਕਰਦੇ ਨੇ ਉਹ ਗਲਤ ਆ ਹੁਣ ਕਈ ਲੋਕ ਕਹਿੰਦੇ ਨੇ ਜੀ ਗੁਲਸਰਬ ਤੁਸੀਂ ਕਹਿੰਦੇ ਹੋ ਦਾਰੂ ਪੀ ਕੇ ਆਏ ਹੋ ਜਾਂਦਾ ਇਹ ਹੋ ਜਾਂਦਾ ਸਾਡੇ ਫਲਾਣਾ ਬੜਾ ਜੀ ਨਾਲ ਉਹਨੂੰ ਦੇਖਦਿਆਂ ਨੂੰ ਸਾਨੂੰ 30 40 ਸਾਲ ਹੋ ਗਏ ਲਾਲ ਪੈ ਟਮਾਟਰ ਵਰਗਾ ਹਾਂਜੀ ਇਹ ਵੀ ਗੱਲਾਂ ਹੁੰਦੀਆਂ ਨੇ ਹਾਂਜੀ ਤੇ ਫਿਰ ਉਹਨੂੰ ਪੁੱਛੀ ਉਹਨੂੰ ਕਹੀਦਾ ਵੀ ਉਹਨੂੰ ਜਾ ਕੇ ਆਏ ਦਾ ਪੁੱਛੀ ਵੀ ਉਹ ਕਿੰਨੀ ਕੁ ਪੀਂਦਾ ਹਾਂਜੀ ਉਹ ਆਪਦੀ 60 ਐਮਲ ਲੈਂਦਾ ਬਦਿਆ ਖੁਰਾਕ ਖਾਂਦਾ ਫਿਰ ਉਹਨੂੰ ਐ ਪੁੱਛਿਓ ਵਰਜਸ ਕਿੰਨੀ ਕਰਦਾ ਉਹ ਸਵੇਰੇ 6 ਵਜੇ ਉੱਠ ਜਾਂਦਾ ਬਲਿ 5 ਵਜੇ ਉੱਠ ਜਾਂਦਾ ਤੂੰ ਪਿਆਰੇ ਨਾ 11 ਵਜੇ ਤੱਕ ਸਾਰਾ ਕੁਝ ਕੰਪੇਅਰ ਕਰਨਾ ਫਿਰ ਜੇ ਤੂੰ ਕੰਪੇਅਰ ਕਰਨਾ ਤਾਂ ਉਹ ਚੀਜ਼ਾਂ ਨੇ ਇਸ ਕਰਕੇ ਜਿਹੜੇ ਨਸ਼ੇ ਕਰਨ ਵਾਲੇ ਲੋਕ ਆ ਉਹ ਬਹਾਨੇ ਲੱਭਦੇ ਆ ਬਹਾਨੇ ਲੱਭਦੇ ਆ ਬਹਾਨੇ ਪਤਾ ਕਿਉਂ ਲੱਭਦੇ ਆ ਜੀ ਸਰੀਰ ਦੀ ਲੋੜ ਆ ਕੋਈ ਵੀ ਨਸ਼ਾ ਕਰਨ ਵਾਲਾ ਸ਼ੌਂਕ ਨੂੰ ਨਿਸ਼ਾਨੀ ਕਰਦਾ ਉਹਨੂੰ ਐ ਹੁੰਦਾ ਵੀ ਜੇ ਜਿਵੇਂ ਨਾ ਗੱਡੀ 'ਚ ਪੈਟਰੋਲ ਪਾਉਣਾ ਸਵੇਰੇ ਤਾਂ ਗੱਡੀ ਸਾਰਾ ਦਿਨ ਚੱਲਦੀ ਰਹੂਗੀ ਉਹਨੇ ਸਵੇਰੇ ਉੱਠ ਕੇ ਉਹ ਕਰਨਾ ਹੀ ਕਰਨਾ ਕਿ ਮੇਰਾ ਸਰੀਰ ਚੱਲਦਾ ਰਹੇ ਮੈਂ ਦੋ ਪੈਸੇ ਕੰਮ ਦੇ ਕਰ ਲਵਾਂ ਉਹ ਦੋ ਤਿੰਨ ਘੰਟੇ ਤਾਂ ਠੀਕ ਰਹਿੰਦਾ ਦੋ ਤਿੰਨ ਘੰਟੇ ਬਾਅਦ ਤੋੜ ਲੱਗਦੀ ਆ ਫੇਰ ਵਿਚਾਰੇ ਦਾ ਕੰਮ ਉਧਰ ਹੀ ਲੱਗ ਜਾਂਦਾ ਦਿਮਾਗ ਉਹ ਡਵੈਲਪ ਹੀ ਨਹੀਂ ਉਹ ਪਾਉਂਦਾ ਨਾ ਕਾਰੋਬਾਰ ਚ ਨਾ ਨਾ ਵੈਸੇ ਨਾ ਸਮਾਜਿਕ ਤੌਰ ਤੇ ਇਹ ਇੱਕ ਬਹੁਤ ਬੜੀ ਬੁਰਾਈ ਆ ਹਾਂਜੀ ਕਿਉਂਕਿ ਆਦਤ ਆਪਾਂ ਪਾ ਲਿਆ ਇਹ ਆਪਾਂ ਵਧੀਆ ਖੁਰਾਕ ਖਾ ਸਕਦੇ ਆ ਵਧੀਆ ਤਰੀਕੇ ਦੇ ਨਾਲ ਵਰਜਿਸ਼ ਕਰਾਂਗੇ ਯੋਗਾ ਐ ਪ੍ਰਾਣੇਮ ਇਹ ਵੀ ਕਰ ਸਕਦੇ ਆ ਉਹਦੇ ਨਾਲ ਵੀ ਸਾਨੂੰ ਤਾਕਤ ਮਿਲਦੀ ਆ ਪੂਰਾ ਦਿਨ ਤੁਸੀਂ એનર્ਜੀ ਦੇ ਨਾਲ ਭਰੇ ਰਹਿੰਦੇ ਆ ਬਿਲਕੁਲ ਬਿਲਕੁਲ ਤੇ ਹੁਣ ਉਹ ਇਹ ਜਿਹੇ ਗੱਲਾਂ ਜਦੋਂ ਆਪਾਂ ਕਰਦੇ ਆ ਇੱਕ ਨਸ਼ਾ ਕਰਨ ਵਾਲੇ ਬੰਦੇ ਨਾਲ ਉਹਨੂੰ ਸਮਝ ਹੀ ਨਹੀਂ ਆਉਂਦੀ ਉਹਨੂੰ ਸਮਝ ਉਹ ਕਹਿੰਦਾ ਤੂ ਜੇ ਕੀਤਾ ਹੋਵੇ ਤੈਨੂੰ ਤਾਂ ਪਤਾ ਹੋਵੇ ਤੈਨੂੰ ਕਦੇ ਪਤਾ ਵੀ ਨਸ਼ਾ ਕੀ ਹੁੰਦਾ ਕਿਉਂ ਉਹ ਸੁਣ ਤਾਂ ਨਹੀਂ ਰਿਹਾ ਗੱਲ ਉਹਨੂੰ ਤਲਬ ਲੱਗੀ ਹੋਈ ਹੈ ਅੱਛਾ ਜਦੋਂ ਤੁਸੀਂ ਉਹਦੀ ਨਸ਼ੇ ਦੀ ਪੂਰਤੀ ਕਰਤੀ ਫਿਰ ਉਹ ਤੁਹਾਡੀ ਗੱਲ ਸੁਣਦਾ ਹਾਂਜੀ ਹਾਂਜੀ ਹੁਣ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜੇ ਕੋਈ ਬੱਚਾ ਕਹਿੰਦਾ ਮੈਂ ਘਰ ਛੱਡ ਦੂੰ ਮੈਂ ਤੁਹਾਨੂੰ ਛੱਡ ਦੂੰ ਮੈਂ ਕਹਿੰਦਾ ਵੀ ਉਹਨੂੰ ਮੇਰੇ ਨਾਲ 15 ਮਿੰਟ ਬਿਠਾ ਦੋ ਹਾਂਜੀ ਹਾਂਜੀ 15 ਮਿੰਟ ਬਾਅਦ ਅਗਰ ਉਹ ਤਿਆਰ ਹੋ ਗਿਆ ਨਸ਼ਾ ਛੱਡਣ ਨੂੰ ਫਿਰ ਉਹ ਛੱਡੂਗਾ ਜੇ ਨਾ ਤਿਆਰ ਹੋਇਆ ਫਿਰ ਉਹਨੂੰ ਹੋਰ ਟਾਈਮ ਚਾਹੀਦਾ ਫਿਰ ਦੇਖਾਂਗੇ ਜੀ ਜੀ ਪਰ 90% ਬੱਚੇ ਜਿਹੜੇ ਜਾਂ ਬਜ਼ੁਰਗ ਜਾਂ ਸਿਆਣੇ ਬੰਦੇ ਕੋਈ ਵੀ ਉਹ ਮੇਰੇ ਨਾਲ ਆ ਕੇ ਬੈਠਦੇ ਨੇ ਪਹਿਲਾਂ ਤਾਂ 90% ਤਾਂ ਤਿਆਰ ਹੀ ਹੁੰਦੇ ਨੇ ਨਸ਼ਾ ਛੱਡਣ ਨੂੰ ਉਹਨਾਂ ਨੇ ਤਾਂ ਮੇਰੇ ਤੋਂ ਠੱਪਾ ਲਵਾਉਣਾ ਹੁੰਦਾ ਵੀ ਗੱਲ ਪੱਕੀ ਆ ਕਿ ਕੱਚੀ ਆ ਜਦੋਂ ਉਹਨਾਂ ਨੂੰ ਮੇਰੀ ਗੱਲ ਤੇ ਭਰੋਸਾ ਹੋ ਜਾਂਦਾ ਜਦੋਂ ਮੈਂ ਉਹਨਾਂ ਨੂੰ ਕੁਝ ਚੀਜ਼ਾਂ ਸਮਝਾਉਣਾ ਜੇ ਉਹਨਾਂ ਦੀ ਸਮਝਦਾ ਤਾਂ ਉਹ ਫਿਰ ਕਹਿ ਦਿੰਦੇ ਨੇ ਵੀ ਗੁਲਬ ਸਾਹਿਬ ਚਲੋ ਦਿਓ ਦਵਾਈ ਠੀਕ ਆ ਫਿਰ ਮੈਂ ਆਪਣੇ ਡਾਕਟਰ ਸਾਹਿਬ ਨੂੰ ਕਹਿ ਦਿੰਦਾ ਵੀ ਕਰੋ ਜੀ ਇਹਦਾ ਟ੍ਰੀਟਮੈਂਟ ਔਰ ਅਸੀਂ ਫਿਰ ਵੀ ਉਹਨੂੰ 4-5 ਦਿਨ ਤੋਂ ਵੱਧ ਦਵਾਈ ਨਹੀਂ ਦਿੰਦੇ ਸਿਰਫ ਸਾਡੀ ਫੌਰੀਨ ਚ ਵਿਦੇਸ਼ ਚ ਜਦੋਂ ਦਵਾਈ ਜਾਂਦੀ ਆ ਦਵਾਈ ਸਾਡੀ ਸਾਰੀ ਲੈਬ ਟੈਸਟਡ ਆ ਗਵਰਨਮੈਂਟ ਤੋਂ ਅਪਰੂਵਡ ਆ ਕੋਈ ਇੱਚ ਗਲਤ ਚੀਜ਼ ਹੈ ਨਹੀਂ ਤੇ ਜਦੋਂ ਇਹ ਦਵਾਈ ਸਾਡੀ ਵਿਦੇਸ਼ਾਂ ਚ ਜਾਂਦੀ ਆ ਉਦੋਂ ਜ਼ਰੂਰ ਅਸੀਂ ਮਹੀਨੇ-ਮਹੀਨੇ ਦੀ ਭੇਜਣੀ ਪੈਂਦੀ ਆ ਕਿਉਂਕਿ ਉਹ ਫਿਰ ਖਤਮ ਹੋਣ ਤੇ ਦੁਬਾਰਾ ਟਾਈਮ ਲੱਗਦਾ ਇਹ ਚ ਨਾਗਾ ਨਹੀਂ ਪਹਿਣਾ ਚਾਹੀਦਾ ਲੋਕਲ ਜਿਹੜੇ ਲੋਕ ਨੇ ਵਾਗੇ ਥੋੜੀ ਥੋੜੀ ਦਵਾਈ ਲੈਣ ਔਰ ਸਾਨੂੰ ਵੀ ਆਨੰਦ ਆਉਂਦਾ ਜਦੋਂ ਚੌਥੇ ਦਿਨ ਆ ਕੇ ਕਹਿੰਦੇ ਨੇ ਗੁਰਸਬ ਬਹੁਤ ਵਧੀਆ ਹੋਰ ਦੇ ਦਿਓ ਚਾਰ ਦਿਨ ਦੀ ਫਿਰ ਸਾਨੂੰ ਐ ਲੱਗਦਾ ਹੁਣ ਇਹ ਠੀਕ ਆ ਜਿਵੇਂ ਦਵਾਈਆਂ ਆਪਾਂ ਦੰਨੇ ਤਾਂ ਨਸ਼ੇ ਛੁੱਟਦੇ ਨੇ ਏਦਾਂ ਤੇ ਇਹਦੇ ਵਿੱਚ ਕਿਦਾਂ ਤੇ ਕੀ ਰਸਾਇਣ ਨੇ ਦਵਾਈਆਂ ਦੇ ਵਿੱਚ ਜਿਹੜੀਆਂ ਬੂਟੀਆਂ ਦੇ ਵਿੱਚ ਜਿਹੜੇ ਉਹ ਨਸ਼ੇ ਨੂੰ ਬੰਦਾ ਛੱਡ ਦਿੰਦਾ ਹੈ ਕੀ ਐਸੀ ਚੀਜ਼ ਹੁੰਦੀ ਹੈ ਇਹਦੇ ਵਿੱਚ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਮੈਡਮ ਜਿਹੜਾ ਮਹਾਵਾਤ ਵਿਦਵਾਂਸਨ ਰਸ ਹੈ ਨਾ ਜੀ ਜੀ ਇਹ ਚ 27 22 ਜੜੀਆਂ ਬੂਟੀਆਂ ਨੇ ਹਾਂਜੀ ਇੱਕ ਰਸ ਦੇ ਵਿੱਚ ਜੀ ਜੀ ਇਹ ਜਦੋਂ ਅਸੀਂ ਦਿੰਨੇ ਮਹਾਵਾਤ ਦਾ ਮਤਲਬ ਕੀ ਹੋਇਆ ਬਾਤ ਪ੍ਰਕੋਪ ਜਿਹੜਾ ਸਰੀਰ ਦੇ ਵਿੱਚ ਦਰਦਾਂ ਨੇ ਇਹਨੇ ਖਤਮ ਕਰ ਦੇ ਹਾਂਜੀ ਹਾਂਜੀ ਅੱਛਾ ਉਹਨੂੰ ਲੱਗਦੀ ਦਰਦਈ ਆ ਦਰਦ ਹੁੰਦੀ ਖਾਂਦਾ ਪਿੰਡੇ ਉਦੀ ਦਰਦ ਸਮੇਟ ਦੇਣੀ ਆ ਫਿਰ ਅੱਛਾ ਇਹਦੇ ਚ ਸਮੀਰ ਪੰਨਗਰਾਸਾ ਸਮੀਰ ਪੰਡੰਗ ਰਸ ਜਿਹੜਾ ਹੈਗਾ ਜਿਹੜੇ ਲੋਕ ਵਿਦਵਾਨ ਨੇ ਉਹ ਜਾਣਦੇ ਨੇ ਮੈਂ ਕੀ ਕਹਿ ਰਿਹਾ ਉਹ ਨਹੀਂ ਜਾਣਦੇ ਤੁਸੀਂ ਅੱਜ ਕੱਲ ਗੂਗਲ ਗੁਰੂ ਬੜਾ ਤੇਜ ਆ ਉਹਦੇ ਤੇ ਵਸਤੂ ਹੀ ਸਮੀਰ ਪੰਡੰਗ ਰਸ ਲਿਖੋ ਉਹਦੇ ਤੇ ਮਹਾਬਾਤ ਵਿਦਵਾਨ ਸੰ ਪੂਰਾ ਫਾਰਮੂਲਾ ਮੈਂ ਬੋਲ ਰਿਹਾ ਤੁਸੀਂ ਲਿਖੋਗੇ ਤਾਂ ਪਤਾ ਲੱਗੂਗਾ ਸਮੀਰ ਪੰਡੰਗ ਰਸ ਨੋਟ ਕਰ ਲਓ ਹੁਣ ਤੁਸੀਂ ਸਾਰੀਆਂ ਚੀਜ਼ਾਂ ਸਮੀਰ ਪੰਡੰਗ ਰਸ ਜਿਹੜਾ ਹੈਗਾ ਉਹ ਨਾੜੀ ਤੰਤਰ ਨੂੰ ਸਟਰੋਂਗ ਕਰਦਾ ਜੀ ਅੱਛਾ ਇਨਸਾਨ ਕੀ ਕਹਿੰਦਾ ਮੇਰੀਆਂ ਲੱਤਾਂ ਖੁਸ਼ਦੀਆਂ ਨੇ ਮੇਰੀਆਂ ਲੱਤਾਂ ਹੋ ਗਿਆ ਜਿਵੇਂ ਖਾਲੀ ਹੋ ਗਈਆਂ ਹਾਂਜੀ ਜਦੋਂ ਨਸਾਂ ਸਟਰੋਂਗ ਹੋ ਗਏ ਆ ਬਲੱਡ ਸਰਕੂਲੇਸ਼ਨ ਠੀਕ ਹੋ ਗਿਆ ਉਹ ਉਹ ਘੋੜੇ ਵਰਗਾ ਹੋਣ ਲੱਗ ਜਾਂਦਾ ਸ਼ਰੀਰ ਇੱਕ ਹੋਰ ਵਹਿਮ ਆ ਲੋਕਾਂ ਦੇ ਵਿੱਚ ਵੀ ਜਦੋਂ ਬੀਪੀ ਕਿਤੇ ਵੱਧਦਾ ਜਾਂ ਕੁਛ ਐਦਾਂ ਅਦਰੰਗ ਦਾ ਅਟੈਕ ਆਉਂਦਾ ਵੀ ਫੀਮ ਦੇ ਦੋ ਜੀ ਘੋਲ ਕੇ ਪਾਣੀ ਚ ਇਹ ਵੀ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਇਹ ਵੀ ਵਹਿਮ ਹੈ ਇੱਕ ਜਾਂ ਇਹ ਕੀ ਅਸਰ ਹੁੰਦਾ ਨਹੀਂ ਮੈਂ ਤੁਹਾਨੂੰ ਦੱਸਦਾ ਅਦਰੰਗ ਦਾ ਅਟੈਕ ਹੋਵੇ ਹਾਰਟ ਦਾ ਅਟੈਕ ਹੋਵੇ ਉੱਥੇ ਅਮਰਤ ਦਾ ਕੰਮ ਕਰਦੀ ਆ ਅੱਛਾ ਉੱਥੇ ਕੰਮ ਕਰਦੀ ਆ ਉੱਥੇ ਅਮਰਤ ਦਾ ਕੰਮ ਕਰਦੀ ਆ ਪਰ ਇਹ ਥੋੜੀ ਐ ਵੀ ਫਿਰ ਉਹਨੂੰ ਉਮਰ ਭਰ ਚਾ ਵੀ ਘੰਟੇ ਖਾਈ ਜਾਵੇ ਜਿਹੜੀ ਆਪਾਂ ਕਿ ਦਵਾਈ ਖਾਂਸੀ ਦੀ ਆ ਜਾਂ ਕੋਈ ਆਪਾਂ ਮੈਡੀਸਿਨ ਖਾਣੇ ਆ ਕੋ बुखार वास्ते ਆ ਕਿ ਉਹਨੂੰ ਹਮੇਸ਼ਾ ਥੋੜੀ ਖਾਣਾ ਫਿਰ ਉਹਦੀ ਆਦਤ ਥੋੜੀ ਪਾਣੀ ਆ ਇਹ ਵੀ ਮੈਡੀਸਿਨ ਇੱਕ ਮੈਡੀਸਿਨ ਹੈ ਮੈਡਮ ਜਿਹੜੀ ਓਪੀਅਮ ਹੈ ਇਹ ਗ੍ਰੰਥਾਂ ਚ ਲਿਖੀ ਹੋਈ ਹੈ ਦਵਾਈਆਂ ਦੇ ਵਿੱਚ ਮਿਕਸ ਮੈਚ ਹੈ ਹਾਂਜੀ ਹਾਂਜੀ ਇਹਨੂੰ ਲੈਣਾ ਚਾਹੀਦਾ ਪਰ ਇਹ ਥੋੜੀ ਅਭੀ ਅਸੀਂ ਨਿਸ਼ਚਿਤ ਦੇ ਤੌਰ ਤੇ ਨਸ਼ੇੜੀ ਹੋ ਜੀਏ ਹਾਂ ਜੀ ਜਦੋਂ ਕੋਈ ਤਕਲੀਫ ਆ ਉਹਦੇ ਵਿੱਚ ਅਸੀਂ ਉਹ ਕਿੰਨੀ ਲੈਣੀ ਕਿਵੇਂ ਲੈਣੀ ਉਹ ਸਾਰੀ ਮਾਤਰਾ ਵੈਦ ਨੇ ਮੈજર ਕਰਨੀ ਹੈ ਗਵਰਨਮੈਂਟ ਨੇ ਸਰਟੀਫਾਈ ਕਰਕੇ ਦੇਣੀ ਹੈ ਫਿਰ ਵੈਦ ਉਹਦਾ ਰਿਟਰਨ ਦਿੰਦਾ ਵੀ ਮੈਂ ਇੰਨੀ ਇੰਨੀ ਦਵਾਈ ਇੰਨੇ ਨੇ ਮਰੀਜ਼ਾਂ ਨੂੰ ਇਹ ਬਣਾ ਕੇ ਦਿੱਤੀ ਆ ਕਿ ਜਵਾਬਦੇਹੀ ਹੁੰਦੀ ਆ ਫੇਕ ਹੋ ਕੇ ਉਹੀ ਚੱਕੇ ਫੱਕੇ ਮਰੀ ਜਾਂਦੇ ਗੋਲੀਆਂ ਬੱਟ ਬੱਟ ਕਾਈ ਜਾਣੀਆਂ ਉਹ ਤਾਂ ਕੋਈ ਮਤਲਬ ਨਹੀਂ ਮੰਨਦਾ ਉਹ ਤਾਂ ਦੇ ਨਾਲ ਕਸ਼ਟ ਕਰਨ ਵਾਲੀ ਗੱਲ ਆ ਹੁਣ ਅਸ਼ਪੀਰ ਪੰਨੰਗ ਰਸ ਤੋਂ ਬਾਅਦ ਹੈਗਾ ਜੀ ਅਕੰਗ ਵੀਰ ਰਸ ਅੱਛਾ ਜਿਨ੍ਹਾਂ ਦਾ ਅੰਦਰੋਂ ਵੀਰਜ ਸੁੱਕ ਜਾਂਦਾ ਨਸ਼ੇ ਕਰ ਕਰਕੇ ਔਰ ਉਹਨਾਂ ਨੂੰ ਮਤਲਬ ਆਪਣੀ ਲਾਈਫ ਜਿਹੜੀ ਆ ਉਹ ਮੈਰਿਡ ਲਾਈਫ ਤਬਾਹ ਹੋ ਜਾਂਦੀ ਆ ਉਹਦੇ ਕਰਕੇ ਵੀ ਨਹੀਂ ਨਸ਼ਾ ਛੱਡਦੇ ਕਈ ਮੇਰੇ ਕੋਲੇ ਆ ਕੇ ਕਹਿਣਗੇ ਗੋਲਸਰ ਨਸ਼ਾ ਦਾ ਛੱਡ ਦਿਆ ਕੱਲ ਨੂੰ ਐ ਨਾ ਹੋਵੇ ਘਰ ਵਾਲੀ ਛੱਡ ਕੇ ਵਗ ਜੇ ਸਾਡਾ ਤਾਂ ਫਿਰ ਸਾਰਾ ਹੀ ਸਿਸਟਮ ਖਤਮ ਹੋ ਜਾਂਦਾ ਬਾਡੀ ਦਾ એનર્ਜੀ ਹੋਣੀ ਬਣਦੀ ਤਾਂ ਉਹਨਾਂ ਨੂੰ ਅਸੀਂ ਨਾਲ ਐਕਸ ਪਲੱਸ 골ਡ ਕੈਪਸੂਲ ਦਿੰਨੇ ਆ ਗੱਭਰੂ ਪਾਊਡਰ ਦਿੰਨੇ ਆ ਗੱਭਰੂ ਡਾਈਟ ਮਤਲਬ ਉਹ ਬਿਲਕੁਲ ਫਿੱਟ ਹੋ ਜਾਂਦਾ ਇਹ ਕਿਸੇ ਇਹਨਾਂ ਦੀ ਭ੍ਰੰਤੀ ਇਹ ਕੱਢਦੇ ਰਹਿੰਨੇ ਆ ਪੇ ਕਦੇ ਵੀ ਨਾ ਸੋਚੋ ਵੀ ਗੋਲਸਰ ਸਾਹਿਬ ਦਵਾਈ ਦੇਣਗੇ ਉਸ ਤੋਂ ਬਾਅਦ ਕੋਈ ਤੁਹਾਡੇ ਸਰੀਰ ਚ ਇਦਾਂ ਦਾ ਐ ਜਿਵੇਂ ਹੁਣ ਕਈ ਕਹਿੰਦੇ ਨੇ ਜੀ ਕੋਈ ਅੰਗ ਨਾ ਖੜ ਜੇ ਜੀ ਮੇਰਾ ਮੈਂ ਕਹਿੰਦਾ ਜੀ ਫਿਰ ਮੈਂ ਤਾਂ ਨਵੰਬਰ 2005 ਤੋਂ ਕਰ ਰਿਹਾ ਕੰਮ ਫਿਰ ਤਾਂ ਕਈਆਂ ਦੇ ਅੰਗ ਖੜੇ ਹੁੰਦੇ ਔਰ ਮੇਰਾ ਕੰਮ ਖੜਿਆ ਹੁੰਦਾ ਵੀ ਇਸ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਨਾਲ ਕੋਈ ਚੀਜ਼ ਨਹੀਂ ਅਜੇ ਸੁਮੇਰਪਨੰਗ ਰਸ ਹੋ ਗਿਆ ਜੀ ਇਹ ਜਿਹੜੇ ਤਿੰਨ ਤਾਂ ਇਹ ਪ੍ਰੋਪਰ ਨੇ ਜੀ ਇਹਦੇ ਵਿੱਚ ਚੀਜ਼ਾਂ ਫਿਰ ਇਹਦੇ ਵਿੱਚ ਅਸੀਂ ਲਾਜਬੰਤੀ ਪਾਈ ਆ ਤੇ ਇੱਕ ਸੀ ਇਹਦੇ ਵਿੱਚ ਪਾਈ ਆ ਖੁਰਾਸਾਨੀ ਅਜਵਾਇਣ ਅੱਛਾ ਜੀ ਇਹ ਖੁਰਾਸਾਨੀ ਅਜਵਾਇਣ ਤੇ ਲਾਜਬੰਤੀ ਦਾ ਜਿਹੜਾ ਰੋਲ ਹੈ ਨਾ ਜੀ ਇਹ ਪੂਰੇ ਪਾਚਨ ਤੰਤਰ ਨੂੰ ਠੀਕ ਕਰਦਾ ਪਾਚਨ ਕਿਰਿਆ ਜਦੋਂ ਠੀਕ ਹੋ ਜਾਂਦੀ ਹੈ ਪੇਟ ਚ ਕੀੜੇ ਨੇ ਕੋਈ ਵੀ ਚੀਜ਼ ਹੈ ਜਿਹੜੇ ਕਹਿੰਦੇ ਕਿੜੇ ਜੇ ਮੂੰਹ ਅੱਡਦੇ ਨੇ ਉਹਨਾਂ ਨੂੰ ਇਹ ਖੁਰਾਸਾਨੀ ਅਜਵਾਇਣ ਖੁਰਾਸਾਨੀ ਅਜਵਾਇਣ ਜਿਹੜੀ ਆ ਬਿਕਲਪ ਹੈ ਅਫੀਮ ਦਾ ਅੱਛਾ ਜੀ ਹਾਂ ਔਰ ਅਫੀਮ ਦੇ ਸਾਈਡ ਇਫੈਕਟ ਨੇ ਇਹ ਅਜਵਾਇਣ ਹੈ ਇਹ ਖੁਰਾਸਾਨੀ ਅਜਵਾਇਣ ਕਹੀ ਜਾਂਦੀ ਹੈ ਇਹ ਟ੍ਰਾਂਕਲਾਈਜ਼ਰ ਹੁੰਦਾ ਜੀ ਜੇ ਬੰਦੇ ਦਾ ਅਫੀਮ ਖਾਣ ਦਾ ਮਨ ਹੈ ਨਸ਼ਾ ਕਰਨ ਦਾ ਮਨ ਹੈ ਜੋ ਇਸ ਅਜਵਾਇਣ ਨੂੰ ਖਾ ਲਵੇ ਤਾਂ ਵੀ ਉਹਦੇ ਕਈ ਘੰਟੇ ਜੀ ਨਹੀਂ ਕਰਦਾ ਤੇ ਉਹ ਕੀ ਬਾਤੋ ਘਰ ਦੇ ਵਿੱਚ ਸਾਰੀ ਚੀਜ਼ਾਂ ਪਈਆਂ ਨੇ ਤੇ ਉਹ ਵੀ ਤੁਸੀਂ ਖਾ ਸਕਦੇ ਹੋ ਇਹਦਾ ਵਿਕਲਪ ਜਿਹੜੇ ਲੋਕਾਂ ਨੂੰ ਲੱਗੀਆਂ ਹੋਈਆਂ ਨੇ ਹਨਾ ਨਸ਼ੇ ਦੀ ਦੇਖੋ ਜੀ ਲੋਕਾਂ ਨੇ ਪਤਾ ਕੀ ਕਰਨ ਗੋਇਲ ਦਾ ਮਰੀ ਜਾਂਦੇ ਨੇ ਜੱਕਣਾ ਵੀ ਅਜਵਾਇਣ ਨਾਲ ਜੇ ਫੀਮ ਛੁੱਟ ਜੇ ਹੋਰ ਕੀ ਚਾਹੀਦਾ ਉਹ ਹੀ ਛੱਡ ਗਿੱਤਾ ਦੇਖੋ ਹਾਂਜੀ ਕਰਕੇ ਤਾਂ ਦੇਖੋ ਕੁਛ ਕਰਾਂਗੇ ਤਾਂ ਪਤਾ ਲੱਗੂ ਹੈਨਾ ਹੁਣ ਐਵੇਂ ਆਪਰ ਨੂੰ ਕੀ ਪਤਾ ਲੱਗਣਾ ਬਟ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਗਵਰਨਮੈਂਟ ਤੋਂ ਸਰਟੀਫਾਈਡ ਨੇ ਤੁਸੀਂ ਆਪਣਾ ਗੂਗਲ ਤੇ ਜਾਓਗੇ ਨਰਬੋ ਪਲਸ ਡੀ ਲਿਖ ਲਓ ਵੈਦਵਾਨ ਕੰਪਨੀ ਦਾ ਤੇ ਤੁਹਾਨੂੰ ਪਤਾ ਲੱਗੂਗਾ ਇਹ ਇਹ ਜੱਗਰ ਨੁਸਖਾ ਕੀਤਾ ਹੋਇਆ ਕਿਸੇ ਨੇ ਮੈਨੂੰ ਐਵੇਂ ਇੱਕ ਵਾਰੀ ਵਟਸਐਪ ਤੇ ਕਮੈਂਟ ਭਰਦਾ ਸੀਗਾ ਜੀ ਕਹਿੰਦਾ ਗੁਲਸੱਬ ਜੇ ਤੁਹਾਡੀ ਦਵਾਈ ਚਾਹੀਦਾ ਹੀ ਦਾਵਾ ਨੁਸਖਾ ਜੱਗਰ ਕਰੋ ਨਾ ਹਾਂਜੀ ਆਪਾਂ ਲੈ ਲਈ ਦਿਲ ਤੇ ਜੀ ਕਰ ਤਾਂ ਜੱਗਰ ਪਬਲਿਕ ਨੂੰ ਦੱਸਦਾ ਵੀ ਇੱਚ ਕੀ ਗੱਲ ਹੈ ਜੇ ਉਹਨੇ ਕਿਹਾ ਖਬਰਾ ਬਾਬੇ ਨਾਨਕ ਦੇ ਹੁਕਮ ਹੋਵੇ ਉਹਦੇ ਅੰਦਰ ਦੀ ਕਰਾਤਾ ਹੋਵੇ ਅਸੀਂ ਇਹਨੂੰ ਜੱਗਰ ਕਰਦਾ ਲੋਕਾਂ ਨੂੰ ਮਹਿਸੂਸ ਹੋਇਆ ਵੀ ਇਹ ਚੀਜ਼ਾਂ ਠੀਕ ਨੇ ਔਰ ਦੋਨੋਂ ਪਤਾ ਵੀ ਲੋਕ ਲੋਕ ਤਾਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਂਦੇ ਬਸ ਉਹਨਾਂ ਨੂੰ ਵਿਸ਼ਵਾਸ ਹੋ ਜਾਵੇ ਵੀ ਗੋਲ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਠੀਕ ਆ ਫਿਰ ਲੈਣੀ ਜਾ ਕੇ ਗੋਲ ਸਾਹਿਬ ਤੋਂ ਹੀ ਆ ਮਤਲਬ ਬਣਾਉਣੀ ਵੀ ਹੈ ਨਹੀਂ ਪੁੱਛਣਾ ਵੀ ਸਾਰਾ ਕੁਝ ਹੈ ਆਪਾਂ ਤੁਹਾਨੂੰ ਕਲੀਅਰ ਕਰਦਾ ਅਜ ਅਮਰ ਨੂਰੀ ਜੀ ਦੀ ਕਚਹਿਰੀ 'ਚ ਬੈਠ ਕੇ ਕਿਉਂਕਿ ਕਿਉਂਕਿ ਇਹ ਸਭ ਤੋਂ ਵੱਡੀ ਕਚਹਿਰੀ ਹੁੰਦੀ ਹੈ ਇੱਕ ਜਿਹੜਾ ਇੱਕ ਕਲਾਕਾਰ ਹੋਵੇ ਔਰ ਉਹ ਤੋ ਆਜਰਵੇਦ ਦਾ ਭਗਤ ਹੋਵੇ ਆਜਰਵੇਦ ਬਾਰੇ ਵਿਸ਼ਵਾਸ ਤਾਂ ਜੁन्होने ਅੱਜ ਪ੍ਰੋਗਰਾਮ ਬਣਾਇਆ ਗਿਆ ਸੀ ਸੁਭਾਸ਼ ਗੋਇਲ ਹੈਲਥ ਸ਼ੋ ਚ ਜਾ ਕੇ ਗੋਇਲ ਸਾਹਿਬ ਨੂੰ ਦੋ ਚਾਰ ਗੱਲਾਂ ਕਰੀਏ ਸਾਡਾ ਵੀ ਹੌਸਲਾ ਬਣਿਆ ਤਾਂ ਹੀ ਅਸੀਂ ਅੱਜ ਇਹਨਾਂ ਦੀ ਕਚਹਿਰੀ ਚ ਬਹਿ ਕੇ ਵੀ ਤੁਹਾਨੂੰ ਇਹ ਨੁਸਖਾ ਜਗਰ ਕੀਤਾ ਔਰ ਇਹਨੂੰ ਤੁਸੀਂ ਘਰੇ ਬਣਾਓਗੇ ਤਾਂ ਵੀ ਬਹੁਤ ਵਧੀਆ ਸਾਡੇ ਕੋਲੇ ਆ ਕੇ ਲਓਗੇ ਤਾਂ ਹੋਰ ਸੁਣਨੇ ਤੇ ਸੁਹਾਗੇ ਵਾਲੀ ਗੱਲ ਹੈ ਜਿਵੇਂ ਤੁਹਾਡਾ ਮਨ ਹੋਵੇ ਜਿਵੇਂ ਤੁਹਾਡਾ ਦਿਲ ਕਰੇ ਉਵੇਂ ਕਰ ਸਕਦੇ ਹੋ ਬਾਕੀ ਜਿਹੜੀਆਂ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਜਿਨ੍ਹਾਂ ਬਾਰੇ ਗੱਲ ਕਰਨੀ ਬਣਦੀ ਹੈ ਤੇ ਅੱਜ ਜਿਹੜਾ ਸਮਾਂ ਉਹ ਬੜਾ ਸਾਡੇ ਕੋਲੇ ਸ਼ਾਰਟ ਹੈ ਮੈਨੂੰ ਇਹ ਗੱਲ ਦਾ ਪਤਾ ਕਿ ਮੈਡਮ ਸਾਡੇ ਅਮਰ ਨੂਰੀ ਜੀ ਦੇ ਜਿਹੜੇ ਟਾਈਮ ਨੇ ਇਹਨਾਂ ਦੀ ਬਹੁਤ ਵੈਲਿਊ ਹੈ ਇਹਨਾਂ ਦੀ ਵੀ ਤੇ ਇਸ ਕਰਕੇ ਜਦੋਂ ਤੁਸੀਂ ਸਾਨੂੰ ਮਿਲੋਗੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਵੀ ਲੋਕੀ ਨਸ਼ਾ ਕਰਦੇ ਆ ਸ਼ਰਾਬ ਪੀਂਦੇ ਆ ਸ਼ਰਾਬ ਛਡਾਉਣਾ ਚਾਹੁੰਦੇ ਆ ਹਰ ਚੀਜ਼ ਦਾ ਇਲਾਜ ਜਿਹੜਾ ਹੈਗਾ ਉਹ ਪੂਰੀ ਸ਼ਿੱਦਤ ਨਾਲ ਪੂਰੀ ਲਗਨ ਨਾਲ ਪੂਰੀ ਮਿਹਨਤ ਨਾਲ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਜੀ ਅੱਜ ਤਾਂ ਬਹੁਤ ਸਾਰੇ ਟੌਪਿਕ ਪਏ ਨੇ ਜਿਨ੍ਹਾਂ ਤੇ ਅਸੀਂ ਅਜੇ ਬਹੁਤ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਬਿਲਕੁਲ ਕਰਦੇ ਰਹਿਣਾ ਲੋਕਾਂ ਨੂੰ ਅਵੇਅਰ ਕਰਨਾ ਹੈ ਤਾਂ ਕਿ ਉਹਨਾਂ ਦੀ ਚੰਗੀ ਸਿਹਤ ਰਵੇ ਤੰਦਰੁਸਤ ਰਹੇ ਸਾਡਾ ਜਿਹੜਾ ਸਮਾਜ ਆ ਉਹ ਤੰਦਰੁਸਤ ਹੋਵੇ ਬਿਲਕੁਲ ਬਿਲਕੁਲ ਸੋ ਤੁਸੀਂ ਸਾਰੇ ਦੇਖਦੇ ਰਹੋ ਸ਼ਿਬਾਸ਼ ਗੋਇਲ ਹੈਲਥ ਸ਼ੋ ਸੱਚੀਆ ਗਾਲ